ਚਿੱਟਾ ਖਰਗੋਸ਼ ਤਾਂ ਮਤਲਬ ਇੰਨਾ ਕੁ ਲੋਕਾਂ ਨੂੰ ਪਸੰਦ ਆਇਆ ਹੈ ਕਿ ਹੱਦੋਂ ਵੱਧ, ਤੇ ਲੋਕ ਹੁਣ ਵੀ ਕਈ ਵਾਰ ਚਿੱਟਾ ਖਰਗੋਸ਼ ਜਿਵੇਂ ਆਵਾਜ਼ ਮਾਰ ਦਿੰਦੇ ਹੋਣੇ, ਜਿਵੇਂ ਕਹਿੰਦੇ ਆ ਨਿਕਲਦੇ ਮਾਰਕੀਟ 'ਚ, ਕਹਿੰਦੇ ਆ ਚਿੱਟਾ ਖਰਗੋਸ਼, ਕਹਿੰਦੇ ਆ ਭਾਬੀ, ਕਹਿੰਦੇ ਆ ਭਾਬੀ ਦੀ ਗੱਲ ਕਰੇ, ਉਹ ਭਾਬੀ ਆਪਦੀ ਬਣਾਉਣ ਨੂੰ ਫਿਰ ਤੂਤੇ ਦੀ ਭਾਬੀ ਦੀ ਗੱਲ ਕਰਦੇ ਰਹੋ, ਤੂਤੇ ਦੀ ਭਾਬੀ ਦੀ। ਕਿਉਂਕਿ ਦਵਿੰਦਰ ਕੋਹਿਨੂਰ ਦੀ ਆਪਾਂ ਕੈਸਟ ਦੀ ਗੱਲ ਕਰੀਏ ਤਾਂ ਬੜੀ ਪੁਰਾਣੀ ਕੈਸਟ ਹੈ। ਜੱਸੀ ਦੀ ਉਮਰ ਕਿੰਨੀ ਆ? 15.5 ਸਾਲ। ਮੈਂ ਰਸਤੇ 'ਚ ਨਿਕਲਦੀ ਹਾਂ ਤਾਂ ਕੋਈ ਮੈਨੂੰ ਭਾਬੀ ਕਹਿ ਦਿੰਦਾ, ਮੈਂ ਖੁਦ ਸ਼ੌਕ ਹੋ ਜਾਂਦੀ ਹਾਂ ਨਾ ਕਿ ਭਾਬੀ ਮੈਂ ਕਿਹੜੇ ਪਾਸੇ ਹਾਂ, ਕਿਉਂਕਿ ਭਾਬੀ ਇੱਥੇ ਰੀਅਲ ਲਾਈਫ ਤਾਂ ਭਾਬੀ ਬਣੇ ਨਹੀਂ ਹੈਗੇ ਜੱਸੀ, ਬਾਅਦ 'ਚ ਦੱਸਾਂਗੇ। ਪਹਿਲਾਂ ਹੀ ਬਹੁਤ ਔਫਰਸ ਆਉਂਦੇ ਨੇ ਤਾਂ ਪੁੱਛਦੇ ਰਹਿੰਦੇ ਆ ਵਿਆਹ ਹੋਇਆ ਕਿ ਨਹੀਂ ਹੋਇਆ, ਅਤੇ ਆਪਾਂ ਪਹਿਲਾਂ ਹੀ ਕਹਿ ਦਈਦਾ ਕਿ ਆਪਾਂ ਹਜੇ ਕੱਚੀ ਪਹਿਲੀ 'ਚ ਪੜ੍ਹਦੇ ਹਾਂ ਤਾਂ ਆਪਣਾ ਵਿਆਹ ਨਹੀਂ, ਵਿਆਹ ਬਾਰੇ ਕੋਈ ਕੁਐਸਚਨ ਨਹੀਂ। ਹਸਮੁਖ ਚਿਹਰੇ ਨੂੰ ਵੀ ਲੋਕ ਕਈ ਵਾਰ ਗਲਤ ਸੋਚ ਲੈਂਦੇ ਹੋਣੇ? ਬਿਲਕੁਲ ਜੀ ਬਿਲਕੁਲ, ਜਦੋਂ ਕੁੜੀ ਹੱਸਦੀ ਆ ਤਾਂ ਉਹਨੂੰ ਕਹਿ ਦਿੰਦੇ ਨੇ ਕਿ ਹਾਂ ਇਹ ਤਾਂ ਜੀ ਫਸ ਗਈ ਜੀ, ਐਂ ਆ ਜੀ, ਉਹ ਆ ਜੀ, ਹਸੀ ਤੋਂ ਫਸੀ, ਬਟ ਤੁਹਾਡੇ ਚਿਹਰੇ ਇਹ ਹਿਸਾਬ ਨਾਲ ਤਾਂ ਜੱਸੀ ਡੇਲੀ 100 ਵਾਰ ਫਸਦੀ। ਅੱਛਾ, ਤੂਤੇ ਦੇ ਨਾਲ ਮੇਲ ਕਿਵੇਂ ਹੋਇਆ? ਕਿਉਂਕਿ ਤੂਤੇ ਦੇ ਨਾਲ ਜੋ ਤੁਸੀਂ ਉਹਨਾਂ ਦੀ ਯੂਨਿਟ ਦੇ ਵਿੱਚ ਗਿਓਗੇ ਤਾਂ ਉਸ ਤੋਂ ਬਾਅਦ ਕਾਫੀ ਜ਼ਿਆਦਾ ਫੇਮਸ ਹੋ ਗਿਆ ਜੱਸੀ ਜੀ, ਤਕਰੀਬਨ ਜਿੰਨੇ ਲੋਕ ਸ਼ਾਰਟ ਮੂਵੀਜ਼ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਦਿਲਾਂ 'ਤੇ ਰਾਜ ਕੀਤਾ ਗਾ ਜੱਸੀ ਜੀ। ਤੂਤੇ ਦੇ ਨਾਲ ਮੁਲਾਕਾਤ ਕਿਵੇਂ? ਤੂਤੇ ਦੇ ਨਾਲ ਮੁਲਾਕਾਤ ਮੇਰੀ ਬੱਬਲ ਨੇ ਕਰਵਾਈ ਸੀ, ਬੱਬਲ ਕੌਰ ਤਾਂ ਬੱਬਲ ਕੌਰ ਨੇ ਕਰਵਾਈ ਸੀ, ਤਾਂ ਅਕਸਰ ਉਹਨੇ ਸਾਰੀ ਟੀਮ ਨੂੰ ਮੈਨੂੰ ਮਿਲਵਾਇਆ ਸੀਗਾ। ਅਕਸਰ ਅਸੀਂ ਜਦੋਂ ਵੀ ਤੁਹਾਨੂੰ ਲਾਈਵ ਦੇਖਦੇ ਹਾਂ ਤਾਂ ਤੁਸੀਂ ਆਪਣੀ ਲੋਕੇਸ਼ਨ ਹਮੇਸ਼ਾ ਯੁਗਾਂਡਾ ਦੱਸ ਦਿਓ, ਮੈਂ ਯੁਗਾਂਡਾ ਰਹਿ ਲਈ ਆ। ਐਕਚੁਅਲ ਦੇ ਵਿੱਚ ਜੈਜ਼ ਕਿੱਥੇ ਰਹਿੰਦੇ ਨੇ? ਮੈਂ ਤੁਹਾਡੇ ਦਿਲਾਂ 'ਚ। ਮਜੈਲ ਹੈ ਕੁੜੀ, ਮਾਝੇ ਦੀ ਮਜੈਲ ਹੈ ਜੀ, ਜ਼ਿਮੀਦਾਰਾਂ ਪਰਿਵਾਰ ਨਾਲ ਹੈ ਜੀ। ਪਰਿਵਾਰ ਨੇ ਅਲੋਅ ਕਿਵੇਂ? ਇੱਕ ਮੇਰੇ ਮਦਰ ਨੇ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ, ਉਹਨਾਂ ਨੇ ਕਿਹਾ ਪੁੱਤ ਜੋ ਮਰਜ਼ੀ ਕਰ, ਲਾਂਭਾ ਨਾ ਲੈ ਕੇ ਆਈ। ਮੇਰਾ ਇੱਕ ਵਾਰੀ ਇੰਡਸਟਰੀ ਦੇ ਵਿੱਚ ਨਾਮ ਇੱਦਾਂ ਹੋ ਗਿਆ ਸੀਗਾ ਕਿ ਹਾਂ ਉਹ ਕੁੜੀ ਨੂੰ ਨਹੀਂ ਬੁਲਾਉਣਾ, ਈਗੋਇਸਟ ਹੈ, ਉਹ ਕੁੜੀ ਨੂੰ ਨਹੀਂ ਬੁਲਾਉਣਾ, ਬਿਲਕੁਲ ਨਹੀਂ ਬੁਲਾਉਣਾ, ਕਿ ਉਹਦੇ 'ਚ ਇੰਨੀ ਕੁ ਈਗੋ ਹੈ ਕਿ ਉਹ ਸ਼ੂਟ ਛੱਡ ਕੇ ਚੱਲ ਜਾਂਦੀ ਹੈ। ਲੋਕ ਦਿਖਾਉਂਦੇ ਕੁਛ ਹੋਰ ਨੇ, ਹੁੰਦਾ ਕੁਛ ਹੋਰ ਹੈ, ਕੁੜੀਆਂ ਨਾਲ ਵੀ ਅਤੇ ਮੁੰਡਿਆਂ ਨਾਲ ਵੀ। ਕੋਈ ਕਹਿ ਦੇਵੇ ਕਿ ਹਾਂ ਜੀ ਮੇਰੇ ਨਾਲ ਨਹੀਂ ਇੱਦਾਂ ਹੁੰਦਾ, ਮੈਂ ਟੌਪ ਦੀ ਮਾਡਲ ਹਾਂ, ਯਾਰ ਕਿਉਂ ਨਹੀਂ ਹੁੰਦਾ, ਸਭ ਹੁੰਦਾ। ਜੱਸੀ ਨੂੰ ਕੰਪਰੋਮਾਈਜ਼ ਕਰਨ ਵਾਸਤੇ ਵੀ ਕਿਹਾ ਗਿਆ? ਬਿਲਕੁਲ ਕਿਹਾ ਗਿਆ ਜੀ, ਮੈਂ ਕਰਦੀ ਨਹੀਂ, ਪਰ ਆਈ ਹੇਟ ਕੰਪਰੋਮਾਈਜ਼। ਇਹੀ ਕਾਰਨ ਵੀ ਜੱਸੀ ਅੱਜ ਵੱਡੇ ਪਰਦੇ ਦੇ ਨੇ? ਬਿਲਕੁਲ। ਕਹਿੰਦੇ ਨੇ ਦੁਨੀਆ ਦੇ ਵਿੱਚ ਸਭ ਤੋਂ ਔਖਾ ਕੰਮ ਹੈ ਕਿਸੇ ਨੂੰ ਖੁਸ਼ ਕਰਨਾ, ਕਿਸੇ ਨੂੰ ਹਸਾਉਣਾ, ਅਤੇ ਜੇਕਰ ਹਸਾਉਣ ਵਾਲਾ ਸ਼ਖਸ ਖੁਦ ਖੂਬਸੂਰਤ ਹੋਵੇ ਤਾਂ ਕਹਿੰਦੇ ਨੇ 4 ਚੰਨ ਲੱਗ ਜਾਂਦੇ ਨੇ। ਸੋ ਅੱਜ ਮੇਰੇ ਨਾਲ ਸਟੂਡੀਓ 'ਚ ਪਹੁੰਚੇ ਹੈਗੇ ਇੱਕ ਫੇਮਸ ਅਦਾਕਾਰ, ਸ਼ਾਰਟ ਮੂਵੀਜ਼ ਜਿਸ ਨੂੰ ਸ਼੍ਰੀ ਦੇਵੀ ਕਹਿ ਸਕਦੇ ਹਾਂਗੇ, ਅਤੇ ਜਿਸਨੇ ਮਾਡਲਿੰਗ ਦੇ ਵਿੱਚ ਵੀ ਵੱਡਾ ਨਾਮ ਖੱਟਿਆ, ਅਤੇ ਪਿਆਰ ਦੇ ਨਾਲ ਲੋਕ ਚਿੱਟਾ ਖਰਗੋਸ਼ ਵੀ ਕਹਿ ਦਿੰਦੇ ਨੇ, ਜੱਸੀ ਵੀ ਕਹਿੰਦੇ ਨੇ, ਤੁਸੀਂ ਜੈਜ਼ ਦੇ ਨਾਮ ਦੇ ਨਾਲ ਵੀ ਜਾਣਦੇ ਹੋ, ਅਤੇ ਜ਼ਿਆਦਾਤਰ ਲੋਕ ਧੂਤੇ ਦੀ ਭਾਬੀ ਦੇ ਨਾਮ ਨਾਲ ਜਾਣਦੇ ਨੇ। ਸੋ ਸਾਡੇ ਨਾਲ ਸਟੂਡੀਓ 'ਚ ਮੇਰੇ ਨਾਲ ਨੇ ਮੈਡਮ ਜੈਜ਼, ਉਹਨਾਂ ਦਾ ਸਵਾਗਤ ਕਰਦਾ। ਮੈਮ ਜੈਜ਼ ਸਵਾਗਤ ਹੈ ਜੀ। ਥੈਂਕ ਯੂ ਜੀ, ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਲੱਗੀ ਜੀ। ਸਤਿ ਸ਼੍ਰੀ ਅਕਾਲ ਜੈਜ਼ ਜੀ, ਹੋਰ ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ, ਤੁਸੀਂ ਸੁਣਾਓ? ਬਹੁਤ ਵਧੀਆ। ਅੱਛਾ, ਕਿਵੇਂ ਲਾਈਫ ਕਿਵੇਂ ਚੱਲ ਰਹੀ ਹੈ? ਲਾਈਫ 9x9। 9x9 ਬਿਲਕੁਲ, ਅਤੇ ਤੁਹਾਡੇ ਕਰਕੇ ਤਾਂ ਹੋਰ ਵੀ ਲੋਕਾਂ ਦੀ ਲਾਈਫ 9x9 ਆ, ਕਿਉਂਕਿ ਜੇਕਰ ਤੁਹਾਡੀ ਆਪਾਂ ਲਾਈਫ ਸਟਾਈਲ ਦੀ ਗੱਲ ਕਰੀਏ ਉਹ ਤਾਂ ਤੁਹਾਨੂੰ ਵੇਖ ਕੇ ਵੈਸੇ ਹੀ ਥੋੜ੍ਹਾ ਜਿਹਾ ਜਾਂਦਾ, ਲੇਕਿਨ ਜਿਹੜੀ ਤੁਹਾਡੀ ਐਕਟਿੰਗ, ਤੁਹਾਡੀ ਅਦਾਵਾਂ ਨੇ ਉਹ ਤੋਂ ਜਿਹੜੇ ਸਾਡੇ ਦਰਸ਼ਕ ਨੇ ਉਹ ਵੀ ਭਲੀ ਭਾਂਤ ਜਾਣਦੇ ਨੇ ਅਤੇ ਉਹ ਵੀ ਇੰਜੋਏ ਕਰਦੇ ਨੇ। ਅਤੇ ਜੇ ਮੈਂ ਜੈਜ਼ ਨੂੰ ਪੁੱਛਾਂ, ਅੱਛਾ ਮੈਂ ਤੁਹਾਨੂੰ ਜੈਜ਼ ਕਹਾਂ, ਜੱਸੀ ਕਹਾਂ, ਚਿੱਟਾ ਖਰਗੋਸ਼ ਜਾਂ ਫਿਰ ਧੂਤ ਦੀ ਭਾਬੀ ਕਹਾਂ, ਜੋ ਮਰਜ਼ੀ ਕਹਿ ਲਓ ਜੀ। ਹਾਂ, ਕਿਉਂਕਿ ਸਾਡੇ ਸਾਰਿਆਂ 'ਚ ਮੈਂ ਇੱਕੋ ਹੀ ਹਾਂ। ਹਾਂ ਬਿਲਕੁਲ, 4x1 ਜੇ ਆਪਾਂ ਕਹਿ ਸਕਦੇ ਹਾਂ, ਕਿਉਂਕਿ ਸਾਡੇ ਦਰਸ਼ਕ ਵੱਖ ਵੱਖ ਪਿਆਰ ਦੇ ਨਾਮ ਦਿੱਤੇ ਹੋਏ ਨੇ, ਕੋਈ ਚਿੱਟਾ ਖਰਗੋਸ਼ ਕਹਿ ਕੇ ਜੱਸੀ ਜੀ ਨੂੰ ਸੰਬੋਧਨ ਕਰਦਾ, ਕੋਈ ਜੈਜ਼ ਆਖਦਾ ਅਤੇ ਕੋਈ ਧੂਤੇ ਦੀ ਭਾਬੀ। ਚਲੋ ਮੈਂ ਜੈਜ਼ ਕਹਿ ਕੇ ਤੁਹਾਨੂੰ ਸੰਬੋਧਨ ਕਰਾਂਗਾ।
ਜੈਸ ਜੀ, ਅੱਜ ਤਾਂ ਵੈਸੇ ਤਕਰੀਬਨ ਪੰਜਾਬੀ ਭਾਈਚਾਰੇ ਨੂੰ ਪਿਆਰ ਕਰਨ ਵਾਲਾ, ਸ਼ੋਰਟ ਮੂਵੀਜ਼ ਨੂੰ ਪਿਆਰ ਕਰਨ ਵਾਲਾ ਐਸਾ ਕੋਈ ਸਰੋਤਾ, ਕੋਈ ਦਰਸ਼ਕ ਨਹੀਂ ਹੋਏਗਾ ਜਿਹੜਾ ਇਸ ਚਿਹਰੇ ਨੂੰ ਨਾ ਜਾਣਦਾ ਹੋਵੇ ਜੀ। ਲੇਕਿਨ ਜੇ ਮੈਂ ਗੱਲ ਕਰਾਂ ਜੈਜ਼ ਦੀ, ਇਸ ਇੰਡਸਟਰੀ ਦੇ ਵਿੱਚ ਸ਼ੁਰੂਆਤ ਕਿਵੇਂ ਹੋਈ, ਕਿੱਥੋਂ ਐਂਟਰੀ ਕਿਵੇਂ ਹੋਈ ਸੀ ਜੈਜ਼ ਦੀ? ਕਿਉਂਕਿ ਮੈਨੂੰ ਪਤਾ ਹੈ ਵੀ ਜੈਜ਼ ਮਾਝੇ ਦੀ ਮਝੈਲ ਹੈ, ਜੱਟਾਂ ਦੀ ਕੁੜੀ ਹੈ। ਜੱਟਾਂ ਦੀ ਕੁੜੀ ਨੂੰ ਫਿਲਮਾਂ ਦੇ ਵਿੱਚ ਜਾਂ ਮਾਡਲਿੰਗ ਦੇ ਵਿੱਚ ਆਉਣ ਦੇ ਵਿੱਚ ਕੋਈ ਪ੍ਰੋਬਲਮ ਆਈ ਸੀ? ਜ਼ਰੂਰ ਜੀ, ਬਹੁਤ ਆਈ ਸੀ ਪ੍ਰੋਬਲਮ। ਵੈਸੇ ਮੇਰਾ ਤੁਹਾਨੂੰ ਡ੍ਰੀਮ ਦੱਸਦਾ, ਮੇਰਾ ਡ੍ਰੀਮ ਸੀਗਾ ਡਾਕਟਰ ਬਣਨਾ, ਤਾਂ ਮੈਂ ਡਾਕਟਰੀ ਲਾਈਨ 'ਚ ਬਹੁਤ ਨਹੀਂ ਗੱਲ ਤਾਂ ਉੱਥੇ ਡਾਕਟਰ ਦਾ ਦਿਲ ਦਾ ਇਲਾਜ ਕਰਨਾ, ਉਹ ਅੱਜ ਕੱਲ੍ਹ ਵੀ ਲੋਕਾਂ ਦੇ ਇਲਾਜ ਕਰਦੇ ਨਹੀਂ 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 ਡਿਪਰੈਸ਼ਨ ਦਾ ਹੀ ਮੈਨੂੰ, ਹੁਣ ਵੀ ਤੁਸੀਂ ਉਹੀ ਕਰ ਰਹੇ ਹੋ ਕਿਉਂਕਿ ਡਿਪਰੈਸ਼ਨ 'ਚ ਹੁਣ ਵੀ ਲੋਕਾਂ ਨੂੰ ਕੱਢ ਰਹੇ ਹੋ। ਜਦੋਂ ਤੁਹਾਡਾ ਕੋਈ ਕਰੈਕਟਰ ਲੋਕ ਦੇਖਦੇ ਨੇਗੇ ਕਿਸੇ ਵੀ ਫਿਲਮ ਦੇ ਵਿੱਚ, ਸ਼ਾਰਟ ਮੂਵੀ 'ਚ, ਤਾਂ ਤੁਹਾਨੂੰ ਵੇਖ ਕੇ ਵੈਸੇ ਸਮਾਈਲ ਆ ਜਾਂਦਾ, ਲੋਕਾਂ ਦੇ ਹਾਲਾਤ ਵੈਸੇ ਹਾਲ ਚਾਲ ਵਧੀਆ ਹੋ ਜਾਂਦੇ ਨੇ, ਡਿਪਰੈਸ਼ਨ ਤੋਂ ਬਾਹਰ ਨਿਕਲ ਜਾਂਦੇ ਨੇ। ਬਿਲਕੁਲ, ਮੈਂ ਬਹੁਤ ਖੁਸ਼ ਰਹਿੰਦੀ ਹਾਂ। ਮੈਂ ਦੁਖੀ ਵੀ ਹਾਂ, ਮੈਂ ਤਾਂ ਵੀ ਖੁਸ਼ ਰਹਿੰਦੀ ਹਾਂ। ਮੇਰਾ ਸਭ ਤੋਂ ਪਲੱਸ ਪੁਆਇੰਟ ਇਹ ਹੈ, ਮੈਂ ਅਕਸਰ ਲਾਈਵ ਹੁੰਦੀ ਹਾਂ ਤਾਂ ਲੋਕ ਮੈਨੂੰ ਕਹਿ ਦਿੰਦੇ, ਮੈਡਮ ਤੁਸੀਂ ਬਹੁਤ ਖੁਸ਼ ਰਹਿੰਦੇ ਹੋ, ਕੁੜੀਆਂ ਰੋਂਦੀਆਂ ਰਹਿੰਦੀਆਂ। ਯਾਰ, ਕੁੜੀਆਂ ਰੋਂਦੀਆਂ ਹੋਣਗੀਆਂ, ਮੈਂ ਖੁਸ਼ ਰਹਿੰਦੀ ਹਾਂ, ਮੈਨੂੰ ਇੰਨਾ ਪਤਾ ਆ। ਅਤੇ ਅੱਛਾ ਜੈਜ਼, ਜੇ ਸ਼ੁਰੂਆਤ ਤੁਹਾਡੀ ਗੱਲ ਕਰੀਏ, ਤੁਸੀਂ ਪਹਿਲਾਂ ਸ਼ਾਰਟ ਮੂਵੀਜ਼ ਕਰਨ ਲੱਗੇ ਸੀ ਜਾਂ ਫਿਰ ਜੈਜ਼ ਦੀ ਸ਼ੁਰੂਆਤ ਮਾਡਲਿੰਗ ਤੋਂ ਹੋਈ ਸੀ? ਨਹੀਂ ਜੀ, ਮੇਰੀ ਸ਼ੁਰੂਆਤ ਹੋਈ ਸੀ ਇੱਕ ਲਾਈਵ ਸ਼ੋਅ ਤੋਂ। ਜਲੰਧਰ 'ਤੇ ਆਇਆ ਸੀਗਾ ਰੰਗਲੇ ਪੰਜਾਬ 'ਚ, ਤਾਂ ਉਸ ਟਾਈਮ ਇੱਕ ਮੈਮ ਸੀ, ਉਹ ਮੈਨੂੰ ਲੈ ਕੇ ਗਏ ਸੀ। ਤਾਂ ਉਸ ਤੋਂ ਬਾਅਦ ਫਿਰ ਮੈਂ ਟੀ ਸੀਰੀਜ਼ ਕੰਪਨੀ ਦਾ ਇੱਕ ਸੌਂਗ ਕੀਤਾ ਸੀ ਦਵਿੰਦਰ ਕੋਹੇਨੂਰ ਦਾ। ਕਿਹੜਾ ਸੌਂਗ? ਕਿਹੜਾ ਸੀ ਉਹ? ਉਹ ਸੀਗਾ ਜੀ ਦਿਲ ਦੇ ਖੂਨ ਦੀ ਮਹਿੰਦੀ, ਉਹਦੇ ਵਿੱਚ ਸੌਂਗ ਸੀਗਾ ਇੱਕ, ਤਾਂ ਜੋ ਕੈਸੇਟ ਹਿੱਟ ਹੋਈ ਸੀ। ਹਾਂਜੀ, ਕੈਸੇਟ ਹਿੱਟ ਹੋਈ ਸੀਗੀ। ਓਕੇ, ਤਾਂ ਲੋਕ ਮੈਨੂੰ ਅੱਜ ਵੀ ਕਹਿ ਦਿੰਦੇ ਨੇ ਕਿ ਮੈਮ ਤੁਸੀਂ ਉੱਦਾਂ ਦੇ ਉੱਦਾਂ ਹੀ ਪਏ ਹੋ। ਅੱਛਾ, ਤੁਹਾਡੀ ਵੀ ਕਿੰਨਾ, ਕਿਉਂਕਿ ਦਵਿੰਦਰ ਕੋਹੇਨੂਰ ਦੀ ਆਪਾਂ ਕੈਸੇਟ ਦੀ ਗੱਲ ਕਰੀਏ ਤਾਂ ਬੜੀ ਪੁਰਾਣੀ ਕੈਸੇਟ ਹੈ। ਜੱਸੀ ਦੀ ਉਮਰ ਕਿੰਨੀ ਆ? 15.5 ਸਾਲ। ਅੱਛਾ, ਜੱਸੀ ਦੀ ਸ਼ੁਰੂਆਤ ਕਿੰਨੇ ਸਾਲ ਦੀ ਉਮਰ 'ਚ ਹੋਈ ਸੀ? 16 ਸਾਲ। 16, ਮਤਲਬ ਕਿ ਲੋਕ ਅੱਗੇ ਨੂੰ ਵੱਧਦੇ ਨੇ, ਮੈਂ ਪਿੱਛੇ ਨੂੰ ਜਾਂਦੀ ਹਾਂ, ਪਿੱਛੇ ਨੂੰ ਬੈਕ। ਹਾਂ ਬਿਲਕੁਲ, ਤੁਹਾਡੇ ਵੈਸੇ ਚਿਹਰੇ ਨੂੰ ਦੇਖ ਕੇ ਲੱਗਦਾ ਨਹੀਂ ਵੀ ਤੁਸੀਂ 15.5 ਸਾਲ ਦੇ, ਤੁਸੀਂ ਅਜੇ ਵੀ 14 ਸਾਲ। ਲੱਕੀ ਜੀ, ਸੋਰੀ ਜੀ, ਪਰ ਕੁੜੀਆਂ ਦੀ ਉਮਰ ਨਹੀਂ ਪੁੱਛਣੀ ਚਾਹੀਦੀ। ਨਹੀਂ, ਮੈਂ ਕਹਿ ਰਿਹਾ 14 ਸਾਲ ਦੇ ਲੱਗ ਰਹੇ ਹੋ ਤੁਸੀਂ, 15.5 ਕਹਿ ਰਹੇ ਹੋ ਸਾਨੂੰ, ਪਰ ਤੁਸੀਂ 14 ਸਾਲ ਦੇ ਲੱਗ ਰਹੇ ਹੋ। ਨਹੀਂ, ਫਿਰ 14 ਦੇ ਤਾਂ ਹੋਵਾਂਗੇ। ਅੱਛਾ, 14 ਦੇ ਜੋ ਹੋਣਾ। ਅੱਛਾ ਜੱਸੀ ਜੀ, ਤੁਹਾਡੀ ਸਟਾਰਟਿੰਗ ਦਵਿੰਦਰ ਕੋਹੇਨੂਰ ਨਾਲ ਹੋਈ, ਸੌਂਗ ਸੁਪਰ ਡੁਪਰ ਹਿੱਟ ਹੋਈ, ਕੈਸਟ ਸੁਪਰ ਡੁਪਰ ਹੋਈ, ਉਸ ਤੋਂ ਬਾਅਦ ਜੱਸੀ ਨੂੰ ਜੈਜ਼ ਨੂੰ ਕਿੰਨਾ ਕੁ ਰਿਸਪੋਂਸ ਮਿਲਿਆ ਗਿਆ ਇਸ ਲਾਈਨ 'ਚ? ਫਿਰ ਇਸ ਲਾਈਨ 'ਚ ਬਹੁਤ ਰਿਸਪੋਂਸ ਮਿਲਿਆ। ਰੀਜ਼ਨ ਇਹ ਹੈ ਕਿ ਮੈਂ ਨਾ ਤਾਂ ਲਾਈਫ 'ਚ ਕੰਪਰੋਮਾਈਜ਼ ਕਰਦੀ ਹਾਂ ਅਤੇ ਨਾ ਹੀ ਮੈਂ ਆਪਣੀ ਲਾਈਨ ਦੇ ਵਿੱਚ ਕੰਪਰੋਮਾਈਜ਼ ਕਰਦੀ ਹਾਂ। ਆਈ ਹੇਟ ਕੰਪਰੋਮਾਈਜ਼, ਮੈਂ ਆਜ਼ਾਦ ਖਿਆਲ ਦੀ ਹਾਂ ਤਾਂ ਆਜ਼ਾਦ ਹੀ ਜੀਣਾ ਚਾਹੁੰਦੀ ਹਾਂ। ਬਿਲਕੁਲ। ਅੱਛਾ, ਉਸ ਤੋਂ ਬਾਅਦ ਇੱਕ ਗੀਤ ਕਰਨ ਤੋਂ ਬਾਅਦ ਕਿੰਨੇ ਕੁ ਔਫਰਸ ਆਉਣੇ, ਕਿਉਂਕਿ ਗੀਤ ਬੜੇ ਹਿੱਟ ਹੋਏ ਸੀ ਕੈਸੇਟ ਦੇ? ਮੈਂ ਤਕਰੀਬਨ 40+ ਕਰ ਚੁੱਕੀ ਹਾਂ ਜੀ, ਸੌਂਗ ਕਰ ਚੁੱਕੀ ਹਾਂ, ਤਾਂ ਫਿਲਮਾਂ ਮੈਨੂੰ ਵੀ ਨਹੀਂ ਯਾਦ ਮੈਂ ਕਿੰਨੀਆਂ ਕਰ ਚੁੱਕੀ ਹਾਂ। ਵੱਡੀਆਂ ਫਿਲਮਾਂ ਦੇ ਵੀ ਕਾਫੀ ਔਫਰ ਆਏ, ਹਿੰਦੀ ਮੂਵੀਜ਼ ਦੇ ਆਏ, ਤਾਂ ਮੇਰੀ ਪਰਸਨੈਲਿਟੀ ਨੂੰ ਜਿਹੜਾ ਸੂਟ ਕਰੇ ਉਹ ਬਣਿਆ ਹੀ ਨਹੀਂ ਔਫਰ ਅਜੇ ਤੱਕ। ਅੱਛਾ ਵੀ ਅਜੇ। ਅੱਛਾ, ਮੈਂ ਤੁਹਾਨੂੰ ਇਹੀ ਗੱਲ ਕਰਨ ਲੱਗਿਆ ਸੀ ਵੀ ਤੁਸੀਂ ਮਾਡਲਿੰਗ ਕਰ ਰਹੇ ਸੀਗੇ, ਸਭ ਕੁਝ ਸਹੀ ਚੱਲ ਰਿਹਾ ਸੀ, ਹਿੱਟ ਗੀਤ ਮਿਲ ਰਹੇ ਸੀ ਵੱਡੇ। ਅੱਛਾ, ਕਲਾਕਾਰ ਕਿਹੜੇ ਕਿਹੜੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਐਜ਼ ਏ ਮਾਡਲ? ਐਜ਼ ਏ ਮਾਡਲ ਕਰਤਾਰ ਚੀਮੇ ਨਾਲ ਵੀ ਮਿਲਿਆ, ਜੌਨ ਵਿਕਟਰ ਨਾਲ ਮਿਲਿਆ, ਨਵੀ ਨਾਲ ਮਿਲਿਆ, ਨਵੀ ਭੰਗੂ ਰਿਟਰਨ ਆਇਆ ਉਹ, ਹੈ ਨਾ, ਤਾਂ ਪੱਲਵੀ ਸੀਗੀ ਜਲੰਧਰ ਤੋਂ। ਕਾਫੀ ਮਤਲਬ ਹੈਗੇ ਨੇ ਨਾਮੀ ਜਿਹੜੇ ਮੈਨੂੰ ਇਸ ਲਾਈਨ 'ਚ ਮਿਲੇ ਨੇ, ਪਰ ਕਈਆਂ ਦਾ ਨੇਚਰ ਬਹੁਤ ਵਧੀਆ ਸੀ, ਕਈ ਥੋੜ੍ਹੇ ਰੂੜ ਹੁੰਦੇ ਨੇ, ਮੈਂ ਨਾਮ ਨਹੀਂ ਲਵਾਂਗੀ ਕਿਉਂਕਿ ਮੈਂ ਕਿਸੇ ਨੂੰ ਫੇਮਸ ਨਹੀਂ ਕਰਨਾ ਚਾਹੁੰਦੀ, ਮੈਂ ਖੁਦ ਹੀ ਫੇਮਸ ਹਾਂ। ਬਿਲਕੁਲ ਬਿਲਕੁਲ। ਅੱਛਾ, ਮੈਂ ਤੁਹਾਨੂੰ ਇੱਕ ਸਵਾਲ ਪੁੱਛਿਆ ਸੀ ਸ਼ੁਰੂਆਤ ਦੇ ਵਿੱਚ ਜੀ, ਮਝੈਲ ਹੈ ਕੁੜੀ,
ਮਾਝੇ ਦੀ ਮਜ਼ਾ ਐ ਲੈ ਗਈ ਜੀ, ਜ਼ਿਮੀਦਾਰਾਂ ਪਰਿਵਾਰ ਨਾਲ ਹੈ ਜੀ, ਪਰਿਵਾਰ ਨੇ ਅਲਾਓ ਕਿਵੇਂ ਕੀਤਾ? ਨਾ ਜੀ, ਪਰਿਵਾਰ ਤਾਂ ਅਲਾਓ ਨਹੀਂ ਕਰਦਾ। ਫਿਰ ਕਿਵੇਂ ਕਿਵੇਂ ਆ ਕਿਵੇਂ ਗਏ ਫਿਰ ਤੁਸੀਂ, ਕਿਵੇਂ ਮੌਕਾ ਲੈ ਲਿਆ ਤੁਸੀਂ ਨੇ ਪਰਿਵਾਰ ਤੋਂ ਕਿ ਪਰਿਵਾਰ ਵਾਲੇ ਹੁਣ, ਵੈਸੇ ਹੁਣ ਤਾਂ ਕਹਿੰਦੇ ਹੋਣਗੇ ਹੁਣ ਤਾਂ ਅੱਗੇ ਸ਼ੇਅਰ ਕਰ ਦੇਣਗੇ ਸਾਡੀ ਕੁੜੀ ਦੇ, ਹਾਂ ਹੁਣ ਤਾਂ ਮਤਲਬ ਰਿਸ਼ਤੇਦਾਰ ਵੀ ਕਹਿਣਗੇ ਸਾਡੀ ਕੁੜੀ ਹੈ, ਸਾਡੀ ਕੁੜੀ ਆ। ਚੱਕਰ ਇਹ ਸੀ ਜੀ, ਮੇਰੀ ਸਟੱਡੀ ਸੀ ਜਿਹੜੀ ਉਹ ਮਤਲਬ ਕਦੀ ਕਿਤੇ ਹੁੰਦੀ ਸੀ, ਤਾਂ ਇੱਕ ਜਗ੍ਹਾ ਕੰਟੀਨਿਊ ਨਹੀਂ ਹੋਈ, ਤਾਂ ਚਾਂਸ ਮਿਲ ਗਿਆ ਜਸਟ ਇੱਦਾਂ ਹੀ। ਮੇਰੇ ਨਾਲ ਕੁੜੀ ਸਟੱਡੀ ਕਰਦੀ ਸੀ ਅਤੇ ਉਹਦੀ ਸਿਸਟਰ ਸੀਗੀ, ਤਾਂ ਉਹਦੀ ਸਿਸਟਰ ਨੇ ਮੈਨੂੰ ਕਿਹਾ ਕਿ ਤੁਹਾਡੀ ਹਾਈਟ ਹੈ, ਹਾਈਟ ਦੇ ਨਾਲ ਬਿਊਟੀ ਵੀ ਬਹੁਤ ਹੈ, ਤਾਂ ਕਰਕੇ ਫਿਰ ਮੈਨੂੰ ਇਹ ਚਾਂਸ ਮਿਲਿਆ। ਤਾਂ ਮੈਂ ਖੋਇਆ ਨਹੀਂ ਆ, ਮੈਂ ਘਰੇ ਨਹੀਂ ਸੀ ਦੱਸਿਆ, ਤਾਂ ਘਰੇ ਹੌਲੀ 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 ਹੌਲੀ, ਉਦੋਂ ਟੀ ਵੀ ਇੰਨੇ ਨਹੀਂ ਸੀ ਚੱਲਦੇ ਹੈ ਨਾ, ਕਿ ਜਿਸ ਟਾਈਮ ਤੁਸੀਂ ਸ਼ੁਰੂਆਤ ਦੀ ਗੱਲ ਕਰ ਰਹੇ ਹੋ ਤੁਹਾਡੀ, ਉਸ ਟਾਈਮ ਸ਼ਾਇਦ ਕੁੜੀਆਂ ਨੂੰ ਇੰਨੀ ਜਲਦੀ ਅਲਾਓ ਵੀ ਨਹੀਂ ਕੀਤਾ ਜਾਂਦਾ ਸੀ, ਬਹੁਤ ਮਤਲਬ ਹਾਰਡ ਸੀ। ਮੈਂ ਝੂਠ ਬੋਲ ਕੇ ਗਈ ਸੀਗੀ ਕਿ ਮੈਂ ਪੇਪਰ ਦੇਣ ਚੱਲੀ ਹਾਂ, ਜਦੋਂ ਮੇਰਾ ਪੇਪਰ ਚੋਂ ਪਾਸ ਹੋ ਗਈ, ਪਰ ਪੇਪਰ ਚੋਂ ਪਾਸ ਹੋ ਗਈ, ਪੇਪਰ ਚੋਂ, ਹਾਂ, ਬ੍ਰੇਕਾਂ ਨਹੀਂ ਕਦੀ ਲੱਗੀਆਂ, ਨਾ ਸਕੂਲ ਟਾਈਮ ਨਾ ਕਾਲਜ ਟਾਈਮ। ਅੱਛਾ, ਬ੍ਰੇਕਾਂ ਦੀ ਤੁਸੀਂ ਗੱਲ ਕੀਤੀ ਹੈ, ਸਟੱਡੀ ਦੀ ਗੱਲ ਕੀਤੀ ਹੈ, ਵੀ ਝੂਠ ਬੋਲ ਕੇ ਗਏ ਸੀਗੇ ਪੇਪਰ ਦੇਣ ਚੱਲੀ ਹਾਂ, ਜੈਜ਼ ਦੀ ਕੁਆਲੀਫਿਕੇਸ਼ਨ ਕੀ ਹੈ? ਮੇਰੀ ਗ੍ਰੈਜੂਏਸ਼ਨ ਹੈ। ਗ੍ਰੈਜੂਏਸ਼ਨ ਜੀ। ਅੱਛਾ, ਇੱਕ ਮੇਰਾ ਹੋਰ, ਮੈਂ ਥੋੜ੍ਹਾ ਪਰਸਨਲ ਸਵਾਲ ਨੂੰ ਪੁੱਛਣਾ ਚਾਹਾਂਗਾ, ਕਿਉਂਕਿ ਅਕਸਰ ਅਸੀਂ ਜਦੋਂ ਵੀ ਤੁਹਾਨੂੰ ਲਾਈਵ ਦੇਖਦੇ ਹਾਂ ਤਾਂ ਤੁਸੀਂ ਆਪਣੀ ਲੋਕੇਸ਼ਨ ਹਮੇਸ਼ਾ ਯੁਗਾਂਡਾ ਦੱਸਦੇ, ਮੈਂ ਯੁਗਾਂਡਾ ਰਹਿ ਰਹੀ ਹੈ। ਐਕਚੁਅਲ ਦੇ ਵਿੱਚ ਜੈਜ਼ ਕਿੱਥੇ ਰਹਿੰਦੇ ਨੇ? ਮੈਂ ਤੁਹਾਡੇ ਦਿਲਾਂ 'ਚ। ਕਿਆ ਬਾਤ ਹੈ, ਗੋਲ ਮੋਲ ਜਵਾਬ। ਬਲਕਿ ਜੈਜ਼ ਜੋ ਮੈਂ, ਸਾਡੇ ਦਰਸ਼ਕ ਜਾਣਦੇ ਨੇ ਜਦੋਂ ਲਾਈਵ ਹੁੰਦੇ ਨੇ ਤਾਂ ਅਕਸਰ ਜਦੋਂ ਕਹਿੰਦੇ ਮੈਂ ਯੁਗਾਂਡਾ ਤੋਂ ਗੱਲ ਕਰ ਰਹੀ ਹਾਂ ਇੰਡੀਆ ਦੇ ਵਿੱਚ, ਪਰ ਜੇ ਕਰ ਲਈਏ ਗੱਲ ਪੰਜਾਬੀ ਮੂਵੀਜ਼ 'ਚ ਕੰਮ ਕਰਦੇ ਨੇਗੇ, ਬਹੁਤ ਮੂਵੀਜ਼ ਕੰਮ ਕਰਦੇ ਨੇ, ਲੇਕਿਨ ਰਹਿੰਦੇ ਯੁਗਾਂਡਾ ਨੇ। ਯੁਗਾਂਡਾ ਤੋਂ ਆ ਕੇ ਫਿਰ ਅੱਜ ਵੀ ਯੁਗਾਂਡਾ ਤੋਂ ਪਹੁੰਚੋ, ਸਪੈਸ਼ਲ ਧੰਨਵਾਦ, ਤੁਹਾਡਾ ਪਿਆਰ ਲਿਆ ਮੈਨੂੰ। ਥੈਂਕ ਯੂ ਜੈਜ਼ ਜੀ, ਅੱਜ ਸਪੈਸ਼ਲ ਯੁਗਾਂਡਾ ਤੁਹਾਡੇ ਨਾਲ ਪਹੁੰਚੇ ਨੇ। ਅੱਛਾ ਜੈਜ਼ ਜੀ, ਆਪਾਂ ਗੱਲ ਤੁਹਾਡੀ ਮਾਡਲਿੰਗ ਦੀ ਕੀਤੀ, ਤੁਸੀਂ ਕਿਹਾ 40+ ਗੀਤਾਂ ਦੇ ਵਿੱਚ ਤੁਸੀਂ ਕੰਮ ਕੀਤਾ ਐਜ਼ ਅ ਲੀਡ ਮਾਡਲ ਦੇ ਤੌਰ ਤੇ, ਉਸ ਤੋਂ ਬਾਅਦ ਸ਼ਾਰਟ ਮੂਵੀਜ਼ ਵੱਲ ਕਿਵੇਂ ਚੇਂਜ ਹੋ ਗਈ, ਤੁਸੀਂ ਸ਼ਾਰਟ ਮੂਵੀ ਵੱਲ ਕਿਵੇਂ ਚਲੇ ਗਏ? ਸ਼ਾਰਟ ਮੂਵੀਜ਼ ਮੈਂ ਕਰਦੀ ਸੀ, ਬਟ ਮੈਨੂੰ ਇਹ ਪਹਿਲੀ ਸ਼ਾਰਟ ਮੂਵੀ ਕਦੇ ਕਿਵੇਂ, ਉਹ ਰੋਲ ਕਿਵੇਂ ਮਿਲਿਆ ਸੀ, ਕਿਸ ਤਰ੍ਹਾਂ ਦਾ ਰੋਲ ਸੀਗਾ, ਅਪਰੋਚ ਤੁਸੀਂ ਕਿਸੇ ਡਾਇਰੈਕਟਰ ਨੂੰ ਕੀਤੀ ਜਾਂ ਤੁਹਾਨੂੰ ਅਪਰੋਚ ਕੀਤਾ ਕਿਸੇ ਨੇ? ਨਹੀਂ, ਮੈਂ ਅੱਜ ਤੱਕ ਕਦੀ ਕਿਸੇ ਨੂੰ ਅਪਰੋਚ ਨਹੀਂ ਕੀਤੀ, ਮੈਂ ਕੰਮ ਮੰਗਣ ਕਦੇ ਨਹੀਂ ਗਈ। ਮੇਰਾ ਇਹ ਪਲੱਸ ਪੁਆਇੰਟ ਹੈ ਮੇਰੇ 'ਚ, ਮੈਂ ਆਪਣੇ ਆਪ 'ਚ ਮੰਨਦੀ ਹਾਂ ਕਿ ਮੈਂ ਕਦੀ ਕੰਮ ਮੰਗਣ ਨਹੀਂ ਗਈ, ਕੰਮ ਮੇਰੇ ਕੋਲ ਆਉਂਦਾ, ਤਾਂ ਮੈਂ ਜੇ ਕੰਮ ਮੈਨੂੰ ਪਸੰਦ ਹੈ ਤਾਂ ਮੈਂ ਨਾ ਨਹੀਂ ਕਰਦੀ। ਜਿਹੜਾ ਵੀ ਕੰਮ ਪਸੰਦ ਸਭ ਤੋਂ ਪਸੰਦ ਮੈਨੂੰ ਵੈਸੇ ਡਰਾਈਵਿੰਗ ਕਰਨਾ ਆ। ਓਕੇ, ਮੈਂ ਤੁਹਾਡਾ ਦੇਖ ਰਹੀ ਸੀ, ਇਹ ਕਹਿੰਦੇ ਮਾਝੇ ਦੀ ਮਜੈਲ ਹੈ ਜਿਹੜੀ ਟਰਾਲਾ ਵੀ ਚਲਾ ਲੈਂਦੀ ਹੈ, ਟਰਾਲਾ ਵੀ ਚਲਾ ਲੈਂਦੀ ਹੈ। ਹਾਂ, ਮੈਂ ਤੁਹਾਡਾ ਲਾਇਸੈਂਸ ਦੇਖਿਆ ਸੀਗਾ। ਅੱਛਾ, ਤੁਸੀਂ ਆਪਾਂ ਫਿਲਮ ਵੱਲ ਗੱਲ ਕਰ ਰਹੇ ਸੀ, ਅਪਰੋਚ ਤੁਹਾਨੂੰ ਕਿਸੇ ਨੇ ਕੀਤਾ, ਕਿਸ ਵੱਲੋਂ ਅਪਰੋਚ ਕੀਤਾ ਗਿਆ ਸੀ? ਪਹਿਲੀ ਸ਼ਾਰਟ ਮੂਵੀ ਜੈਜ਼ ਨੇ ਕਦੋਂ ਕੀਤੀ? ਪਹਿਲੀ ਸ਼ਾਰਟ ਮੂਵੀਜ਼ ਮੈਂ ਕੀਤੀ ਸੀ 2006 ਦੇ ਵਿੱਚ। ਅੱਜ ਤੋਂ 18 ਸਾਲ ਪਹਿਲਾਂ ਜੀ, 15.5 ਸਾਲ ਦੀ ਕੁੜੀ ਨੇ, 18 ਸਾਲ ਪਹਿਲਾਂ 16 ਸਾਲ ਦੀ ਕੁੜੀ ਨੇ, 16.5 ਸਾਲ ਦੀ ਕੁੜੀ ਨੇ, ਪਰ ਹੁਣ 15.5 ਸਾਲ ਦੀ ਹੈ। ਸੋ ਦਰਸ਼ਕ ਦੇਖ ਸਕਦੇ ਨੇ ਕਿ 18 ਸਾਲ ਪਹਿਲਾਂ ਸ਼ੁਰੂਆਤ ਕੀਤੀ ਸੀ। ਪਰ ਜੇਕਰ ਮੈਮ ਗੁਰਜੈਜ਼, ਮੈਂ ਜੈਜ਼ ਤੁਹਾਨੂੰ ਸਹੀ ਸਹੀ ਦੱਸਾਂ ਨਾ, ਤਾਂ ਤੁਸੀਂ ਅੱਜ ਵੀ 18 ਸਾਲ ਦੇ ਲੱਗ ਰਹੇ ਵੀ ਬ੍ਰੇਕਾਂ ਲੱਗ ਚੁੱਕੀਆਂ ਨੇ ਲਾਈਫ ਦੀਆਂ, ਵੀ ਉਮਰ ਨਹੀਂ ਬਦਲਣੀ ਹੈਗੀ, ਨਾ ਨਾ ਉਮਰ ਬਦਲਦੇ ਬਦਲਦੇ ਜਾਣੇ, ਕੈਲੰਡਰ ਬਦਲਣਗੇ, ਲੇਕਿਨ ਤਰੀਕਾਂ ਲੰਘਦੀਆਂ ਰਹਿਣਗੀਆਂ ਜੀ। ਅੱਛਾ, ਤੂੰ ਪਹਿਲੀ ਮੂਵੀ ਦੀ ਗੱਲ ਕਰ ਰਹੇ ਸੀ, ਅਤੇ ਉਹ ਅਪਰੋਚ ਤੁਹਾਨੂੰ ਕੀਤਾ, ਤੁਸੀਂ ਗੱਲ ਦੱਸੀ ਵੀ 2006 ਚ ਵਿੱਚ ਜੀ, ਅਤੇ ਮੂਵੀ ਕੀ ਸੀ, ਕਿਸ ਤਰ੍ਹਾਂ ਦਾ ਰੋਲ ਸੀ, ਕਿਸ ਤਰ੍ਹਾਂ ਕਰੈਕਟਰ ਸੀ, ਰਿਸਪੌਂਸ ਕਿਵੇਂ ਮਿਲਿਆ ਬਾਅਦ 'ਚ? ਕਰੈਕਟਰ ਇੱਕ ਲਵਰ ਦਾ ਸੀਗਾ, ਲਵਰ ਤੋਂ ਬਾਅਦ ਫਿਰ ਮੈਂ ਉਹਦੀ ਵਾਈਫ ਬਣਦੀ ਹਾਂ, ਤਾਂ
ਉਹ ਮੁੰਡਾ ਅੱਜ ਵੀ ਮੈਨੂੰ ਯਾਦ ਹੈ, ਬਹੁਤ ਨਾਈਸ ਸੀ ਉਹ ਮੁੰਡਾ, ਜਸਵਿੰਦਰ ਹੈ ਉਹਦਾ ਨਾਮ, ਮੈਨੂੰ ਯਾਦ ਹੈ। ਤਾਂ ਉਹ ਤਲਵੰਡੀ ਭਾਈਕੇ ਤੋਂ ਆ, ਤਾਂ ਉਹਦੇ ਨਾਲ ਮਤਲਬ ਮੇਰਾ ਮੇਨ ਕਰੈਕਟਰ ਸੀਗਾ, ਬਟ ਜਲਾਲਾਬਾਦ ਏਰੀਏ 'ਚ ਸਾਡਾ ਸ਼ੂਟ ਹੋਇਆ ਸੀਗਾ। ਅਕਸਰ ਮੈਂ ਪੰਜਾਬ ਘੁੰਮਦੀ ਰਹਿੰਦੀ ਹਾਂ, ਜੁਗਾਂਡਾ ਤੋਂ ਆ ਕੇ ਹਰਿਆਣਾ ਵੀ ਘੁੰਮਦੀ ਹਾਂ, ਹਿਮਾਚਲ ਵੀ ਘੁੰਮਦੀ ਹਾਂ, ਪਰ ਘੁੰਮਦੀ ਜੁਗਾਂਡਾ ਤੋਂ ਆ ਕੇ, ਮੇਰਾ ਪਲੱਸ ਪੁਆਇੰਟ ਆ ਜੁਗਾਂਡਾ। ਇੱਕ ਤਾਂ ਪਲੱਸ, ਜੈਜ਼ ਦੇ ਪਲੱਸ ਪੁਆਇੰਟ ਬਹੁਤ ਨੇ, ਬਹੁਤ ਪਲੱਸ। ਮੈਂ ਪਲੱਸ 'ਚ ਚੱਲਦੀ ਹਾਂ, ਮੈਂ ਮਾਈਨਸ 'ਚ ਨਹੀਂ ਚੱਲਦੀ। ਜੇ ਤੁਸੀਂ ਮਾਈਨਸ 'ਚ ਚੱਲੋਗੇ ਤਾਂ ਤੁਹਾਡੀ ਸੋਚ, ਤੁਹਾਡੀ ਲਾਈਫ ਮਾਈਨਸ ਵੱਲ ਚੱਲੇਗੀ, ਨੈਗੇਟਿਵਿਟੀ ਵੱਲ ਚੱਲੇਗੀ। ਤਾਂ ਪੋਜ਼ਿਟਿਵ ਰਹੋ ਯਾਰ, ਇੱਕ ਜ਼ਿੰਦਗੀ ਮਿਲੀ ਹੈ। ਅੱਛਾ, ਤੁਸੀਂ ਪਹਿਲੀ ਸ਼ੂਟ ਕੀਤਾ ਜਲਾਲਾਬਾਦ ਏਰੀਏ 'ਚ, ਰਿਸਪੋਂਸ ਕਿਵੇਂ ਦਾ ਰਿਹਾ? ਉਸ ਤੋਂ ਬਾਅਦ ਚੱਲ ਸੋ ਚੱਲ, ਤਕਰੀਬਨ ਕਿੰਨੀਆਂ ਮੂਵੀਜ਼ ਦੇ ਵਿੱਚ, ਸ਼ਾਰਟ ਮੂਵੀਜ਼ ਵਿੱਚ ਜੈਜ਼ ਕੰਮ ਕਰ ਚੁੱਕੀ ਹੈ? ਸੋਰੀ, ਮੈਨੂੰ ਯਾਦ ਨਹੀਂ ਆ, ਪਰ ਮੇਰਾ ਰਿਸਪੋਂਸ ਮੈਨੂੰ ਬਹੁਤ ਵਧੀਆ ਰਿਹਾ, ਮੈਨੂੰ ਬਹੁਤ ਔਫਰਸ ਆਏ। ਪਰ ਉਹੀ ਗੱਲ ਆ ਗਈ, ਜਿਹੜਾ ਮੈਨੂੰ ਕੰਮ ਪਸੰਦ ਆ ਮੈਂ ਉਹ ਕਰਦੀ ਹਾਂ। ਓਕੇ, ਅੱਛਾ, ਵੈਸੇ ਤੁਸੀਂ ਚਿੱਟਾ ਖਰਗੋਸ਼ ਦੇ ਨਾਮ ਨਾਲ ਫੇਮਸ ਹੋਗੇ, ਕੋਈ ਜੱਸੀ ਕਹਿ ਜਾਂਦਾ, ਕੋਈ ਜੈਜ਼ ਕਹਿ ਜਾਂਦਾ, ਇੱਕ ਮੈਂ ਜੈਜ਼ ਦੇਖ ਰਹੀ, ਤੁਹਾਡੇ ਉੱਪਰ ਹੱਥਾਂ ਦੇ ਟੈਟੂ ਬਹੁਤ ਨੇਗੇ, ਇਹਨਾਂ ਦਾ ਕੀ ਰਾਜ ਹੈਗਾ? ਮੈਂ ਟੈਟੂ ਲਵਰ ਹਾਂ। ਟੈਟੂ ਲਵਰ, ਕੋਈ ਲੇਟੈਸਟ ਵੀ ਬਣਿਆ ਹੁਣ? ਜੀ। ਓਕੇ, ਮੰਮੀ ਉਹ ਦੇਖਣਾ ਸੀ ਨਾ, ਮੈਂ ਤੁਹਾਨੂੰ ਮੂਵੀਜ਼ ਦੇ ਵਿੱਚ ਵੀ ਅਕਸਰ ਦੇਖਦਾ, ਜਦੋਂ ਵੀ ਤੁਸੀਂ ਕਰਦੇ ਹੋ ਇਸ ਤਰ੍ਹਾਂ ਬਾਂਹ ਕਰ ਲੈਂਦੇ ਹੋ, ਇਹ ਗੰਨ ਵਾਲੇ ਟੈਟੂ ਦਾ ਕੀ ਸੀਨ ਹੈਗਾ? ਇਹ ਗੰਨ ਵਾਲਾ ਟੈਟੂ, ਇਹ ਮੈਂ ਸਿੱਧੂ ਨੂੰ ਬਹੁਤ ਪਿਆਰ ਕਰਦੀ ਹਾਂ, ਸਿੱਧੂ ਦੀ, ਹਾਂਜੀ, ਉਹਦੀ ਸੋਚ ਨੂੰ ਮੈਂ ਬਹੁਤ ਪਿਆਰ ਕਰਦੀ ਹਾਂ। ਉਹ ਬਹੁਤ ਡਾਊਨ ਟੂ ਅਰਥ ਹੈ, ਤਾਂ ਮੈਂ ਵੀ ਡਾਊਨ ਟੂ ਅਰਥ ਹੋ ਕੇ ਚੱਲਦੀ ਹਾਂ, ਕਿ ਇਹ ਨਹੀਂ ਗਾ ਕਿ ਤੁਹਾਡੇ ਕੋਲ ਪੈਸਾ ਆ ਗਿਆ ਤਾਂ ਤੁਸੀਂ ਬੰਦੇ ਨੂੰ ਬੰਦਾ ਨਾ ਜਾਣੋ। ਤਾਂ ਉਸ ਬੰਦੇ ਦੀ ਸੋਚ ਨੂੰ ਸਲਾਮ ਹੈ, ਉਹ ਕਹਿੰਦਾ ਮੈਂ ਆਪਦੇ ਸਿਰ ਤੋਂ ਉੱਠਿਆ, ਤਾਂ ਅਸੀਂ ਵੀ ਆਪਦੇ ਸਿਰ ਤੋਂ ਉੱਠੇ ਹਾਂ। ਅੱਛਾ, ਉਹ ਜਿਹੜਾ ਵੀ ਤੁਸੀਂ ਜਦੋਂ ਵੀ ਕਿਤੇ ਸ਼ੂਟ ਕਰਦੇ ਹੋਗੇ, ਇਹ ਟੈਟੂ ਦਿਖਾਉਣਾ ਨਹੀਂ ਭੁੱਲਦੇ ਤੁਸੀਂ? ਬਿਲਕੁਲ, ਇਹ ਨਹੀਂ ਭੁੱਲਦੀ ਮੈਂ ਟੈਟੂ ਦਿਖਾਉਣਾ। ਹਾਂ, ਇਹ ਅੱਛਾ, ਮਤਲਬ ਕਿ ਸਿੱਧੂ ਨਾਲ ਲੈ ਕੇ ਚੱਲਦੇ ਹੋਗੇ? ਸਿੱਧੂ ਨਾਲ ਲੈ ਕੇ ਚੱਲਦੇ ਹਾਂ। ਅੱਛਾ, ਤੁਸੀਂ ਕਹਿਤਾ ਵੀ ਤੁਹਾਨੂੰ ਖੁਦ ਨਹੀਂ ਪਤਾ ਕਿੰਨੀਆਂ ਸ਼ਾਰਟ ਮੂਵੀ ਤੁਸੀਂ ਕਰ ਚੁੱਕੇ ਹੋ, ਲੋਕ ਬੜਾ ਪਿਆਰ ਕਰਦੇ ਨੇਗੇ, ਬਹੁਤ ਦਰਸ਼ਕ ਬਹੁਤ ਪਿਆਰ ਕਰਦੇ ਨੇਗੇ। ਮੈਂ ਰਸਤੇ 'ਚ ਨਿਕਲਦੀ ਹਾਂ ਤਾਂ ਕੋਈ ਮੈਨੂੰ ਭਾਬੀ ਕਹਿ ਦਿੰਦਾ, ਮੈਂ ਖੁਦ ਸ਼ੌਕ ਹੋ ਜਾਂਦੀ ਹਾਂ ਨਾ ਕਿ ਭਾਬੀ ਮੈਂ ਕਿਹੜੇ ਪਾਸੇ ਹਾਂ, ਕਿਉਂਕਿ ਭਾਬੀ ਇਹ ਤੇ ਰੀਅਲ ਲਾਈਫ ਦਾ ਭਾਬੀ ਬਣੇ ਨਹੀਂ ਹੈਗੇ ਜੱਸੀ, ਬਾਅਦ 'ਚ ਦੱਸਾਂਗੇ। ਓਕੇ, ਹਾਂ ਚਲੋ, ਆਪਾਂ ਥੋੜ੍ਹਾ ਪਰਸਨਲ ਨਹੀਂ ਜਾਂਦੇ। ਹਾਂ, ਪਰਸਨਲ ਨਹੀਂ ਜਾਂਦੇ। ਹਾਂ, ਪਰ ਮੈਂ ਦੱਸਦਾ ਵੀ ਅਜੇ ਅਨਮੈਰਿਡ ਨੇਗੇ। ਰਹਿਣ ਦਿਓ, ਐਵੇਂ ਦਿਲਾਂ 'ਚ ਲੋਕਾਂ ਦੇ ਹੌਲ ਪੈ ਜਾਣੇ ਆ। ਨਹੀਂ ਬਿਲਕੁਲ, ਤੁਹਾਡੀ ਫੋਲੋਅਰਸ ਹੋਰ ਵੱਜਣਗੇ ਜਾਣ ਕੇ ਵੀ 18 ਸਾਲ ਤੋਂ ਕੁੜੀ ਸੁਪਰਵਾਈਜ਼ਨ ਦੇ ਵਿੱਚ ਹੈ। ਪਹਿਲਾਂ ਹੀ ਬਹੁਤ ਆਫਰਸ ਆਉਂਦੇ ਨੇ ਤਾਂ ਪੁੱਛਦੇ ਰਹਿੰਦੇ ਆ ਵਿਆਹ ਹੋਇਆ ਕਿ ਨਹੀਂ ਹੋਇਆ, ਅਤੇ ਆਪਾਂ ਪਹਿਲਾਂ ਹੀ ਕਹਿ ਦਈਦਾ ਕਿ ਆਪਾਂ ਹਜੇ ਕੱਚੀ ਪਹਿਲੀ 'ਚ ਪੜ੍ਹਦੇ ਹਾਂ, ਤਾਂ ਆਪਣਾ ਵਿਆਹ ਨਹੀਂ, ਵਿਆਹ ਬਾਰੇ ਕੋਈ ਕੁਐਸਚਨ ਨਹੀਂ। ਅੱਛਾ, ਵੈਸੇ ਹੈ ਕੋਈ ਵੀ ਜਾਂ ਕੋਈ ਦਿਮਾਗ 'ਚ ਚੱਲ ਰਿਹਾ ਹੋਵੇ ਜਾਂ ਅਜੇ ਕੋਈ ਇਸ ਤਰ੍ਹਾਂ ਸੈਕਸ਼ਨ ਮਿਲਿਆ ਨਹੀਂ ਹੈਗਾ? ਨਹੀਂ, ਮੈਂ ਫਿਲਹਾਲ ਮੈਂ ਆਪਣੀ ਲਾਈਫ 'ਚ ਖੁਸ਼ ਹਾਂ। ਓਕੇ, ਲਾਈਫ ਦੇ। ਅੱਛਾ, ਆਪਾਂ ਗੱਲ ਕਰੀਏ, ਜਿਵੇਂ ਤੁਸੀਂ ਕਿਹਾ ਗਾ ਕੋਈ ਇਸ ਤਰ੍ਹਾਂ ਦਾ ਇੰਸੀਡੈਂਟ ਹੋਇਆ ਵੀ ਤੁਸੀਂ ਕਿਤੇ ਸ਼ੂਟ 'ਤੇ ਹੋਵੋ ਜਾਂ ਤੁਸੀਂ ਵੈਸੇ ਆਪਣੀ ਲਾਈਫ ਦੇ ਵਿੱਚ ਪਰਸਨਲ ਲਾਈਫ 'ਚ ਕਿਤੇ ਘੁੰਮ ਰਹੇ ਹੋਵੋ, ਉੱਥੇ ਕਈ ਵਾਰ ਸਾਡੇ ਸਾਨੂੰ ਪਿਆਰ ਕਰਨ ਵਾਲੇ ਸਾਡੇ ਦਰਸ਼ਕ ਪਹੁੰਚ ਜਾਂਦੇ ਨੇਗੇ, ਕੋਈ ਉਹ ਪਰੇਸ਼ਾਨੀ 'ਚ ਪਾ ਦਿੱਤਾ ਹੋਵੇ, ਕੋਈ ਇਸ ਤਰ੍ਹਾਂ ਦਾ ਇੰਸੀਡੈਂਟ ਕੋਈ ਹੈ ਯਾਦ? ਬਹੁਤ ਵਾਰੀ, ਹਾਂਜੀ, ਕ੍ਰੇਜ਼ੀ ਵੀ ਹੁੰਦੇ ਨੇ ਨਾ ਬਹੁਤ ਸਾਡੇ ਦਰਸ਼ਕ, ਜ਼ਿਆਦਾਤਰ ਜਿਹੜੇ ਦਰਸ਼ਕ ਹੁੰਦੇ ਨੇ ਜਾਂ ਤੁਹਾਡੇ ਫੋਲੋਅਰਸ ਹੁੰਦੇ ਨੇ, ਉਹ ਜ਼ਿਆਦਾਤਰ ਫੈਨ ਕਹਿ ਦਈਏ ਆਪਾਂ ਜਿਹਨੂੰ, ਫੈਨ ਕਹਿੰਦੇ ਤੁਹਾਡੀ? ਨਹੀਂ, ਉਹਨਾਂ ਨੂੰ ਆਪਾਂ ਫੈਨ ਨਹੀਂ ਕਹਿ ਸਕਦੇ, ਕ੍ਰੇਜ਼ੀ ਵੀ ਹੁੰਦੇ ਨੇ ਕਈ ਵਾਰ। ਨਹੀਂ, ਉਹਨਾਂ ਨੂੰ ਆਪਾਂ ਫੈਨ ਨਹੀਂ ਕਹਿ ਸਕਦੇ, ਉਹ ਆਪਾਂ ਛੋਟੀ ਸੋਚ ਦੇ ਮਾਲਕ ਲੋਕਾਂ ਨੂੰ ਕਹਿ ਸਕਦੇ ਹਾਂ, ਕਿਉਂਕਿ ਮੇਰੇ ਨਾਲ, ਹਾਂਜੀ, ਸੋਰੀ ਤੁਹਾਡੀ ਗੱਲ ਕੱਟ ਰਹੀ ਹਾਂ ਮੈਂ, ਮੇਰੇ ਨਾਲ ਅੰਮ੍ਰਿਤਸਰ ਦੇ ਵਿੱਚ ਇੱਕ ਵਾਕਾ ਹੋਇਆ ਸੀ, ਮੈਂ ਸੌਂਗ ਦੇ ਸ਼ੂਟ 'ਤੇ ਗਈ ਸੀ, ਤਾਂ ਥੋੜ੍ਹਾ ਜਿਹਾ ਮੇਰਾ ਨੇਚਰ ਬਾਹਲਾ ਹੀ ਪੋਲਾਈਟਲੀ ਹੈ, ਤਾਂ ਮੈਂ ਸੌਂਗ ਛੱਡ ਕੇ ਆ ਗਈ ਸੀਗੀ ਜੀ। ਕਾਰਨ ਉੱਥੇ ਸਿੰਗਰ ਦੇ ਇੱਕ ਬੰਦੇ ਨੇ ਮੈਨੂੰ ਕਮੈਂਟ ਕਰਤਾ ਸੀ, ਤਾਂ ਸੋਰੀ ਮੈਂ ਥੋੜ੍ਹਾ ਜਿਹਾ ਉਹਨੂੰ ਨਹੀਂ ਕਰਨਾ ਚਾਹਾਂਗੀ,
ਗੱਲ ਉਸ ਟੋਪਿਕ 'ਤੇ, ਤਾਂ ਉਸ ਚੀਜ਼ ਕਰਕੇ ਮਤਲਬ ਉਹ ਮੇਰੀ ਲਾਈਫ ਦਾ ਸਭ ਤੋਂ ਬੇਕਾਰ ਪੁਆਇੰਟ ਰਿਹਾ ਹੈ। ਤੁਹਾਡੀ ਈਗੋ ਨੂੰ ਹਰਟ ਕੀਤਾ? ਮੇਰੀ ਈਗੋ ਨੂੰ ਹਰਟ ਕੀਤਾ। ਅਤੇ ਵੈਸੇ ਮੈਨੂੰ ਲੱਗਦਾ ਨਹੀਂ ਵੀ ਕੋਈ ਗੱਲ ਜੱਸੀ ਦੀ ਈਗੋ ਨੂੰ ਹਰਟ ਕਰਦੀ, ਕਿਉਂਕਿ ਜਿਸ ਤਰ੍ਹਾਂ ਤੁਹਾਡਾ ਨੇਚਰ ਹੈ, ਹਾਂ, ਬੜੇ ਹਸਮੁੱਖ ਹੋ, ਕਿ ਮਤਲਬ ਇਹ ਹਸਮੁੱਖ ਚਿਹਰੇ ਨੂੰ ਵੀ ਲੋਕ ਕਈ ਵਾਰ ਗਲਤ ਸੋਚ ਲੈਂਦੇ ਹੋਣੇ। ਬਿਲਕੁਲ ਜੀ ਬਿਲਕੁਲ, ਜਦੋਂ ਕੁੜੀ ਹੱਸਦੀ ਹੈ ਤਾਂ ਉਹਨੂੰ ਕਹਿ ਦਿੰਦੇ ਨੇ ਕਿ ਹਾਂ ਇਹ ਤਾਂ ਜੀ ਫਸ ਗਈ ਜੀ, ਐਂ ਆ ਜੀ, ਉਹ ਜੀ ਹਸੀ ਤੋਂ ਫਸੀ, ਹਸੀ ਤੋਂ ਫਸੀ। ਬਟ ਤੁਹਾਡੇ ਚਿਹਰੇ ਤਾਂ ਇਹ ਹਿਸਾਬ ਨਾਲ ਤਾਂ ਜੱਸੀ ਡੇਲੀ 100 ਵਾਰ ਫਸ ਜੂਗੀ, ਕਈਆਂ ਨੂੰ ਫਸ ਆ ਕੇ ਆਪ ਲੰਘ ਜਾਂਦੀ ਹੈ। ਬਿਲਕੁਲ ਬਿਲਕੁਲ, ਤੇ ਹੱਸਦੇ ਰਹਿਣਾ ਚਾਹੀਦਾ। ਤੇ ਫਿਰ ਸ਼ੂਟ ਛੱਡ ਕੇ ਵਾਪਸ? ਹਾਂਜੀ, ਉਹ ਮੈਂ ਸ਼ੂਟ ਛੱਡ ਕੇ ਵਾਪਸ ਆ ਗਈ ਸੀਗੀ। ਇੱਕ ਮੈਸੇਜ ਗਿਆ ਲੋਕਾਂ ਵਾਸਤੇ ਫਿਰ, ਖਾਸ ਤੌਰ ਤੇ ਤੁਹਾਡੇ ਪ੍ਰੋਫੈਸ਼ਨ ਦੇ ਲੋਕਾਂ ਵਾਸਤੇ, ਜੱਸੀ ਨੂੰ ਲੈ ਕੇ? ਹਾਂਜੀ, ਮੇਰਾ ਇੱਕ ਵਾਰੀ ਇੰਡਸਟਰੀ ਦੇ ਵਿੱਚ ਨਾਮ ਇਦਾਂ ਹੋ ਗਿਆ ਸੀਗਾ ਕਿ ਹਾਂ ਉਹ ਕੁੜੀ ਨੂੰ ਨਹੀਂ ਬੁਲਾਉਣਾ, ਈਗੋਇਸਟ ਹੈ, ਉਹ ਕੁੜੀ ਨੂੰ ਨਹੀਂ ਬੁਲਾਉਣਾ, ਬਿਲਕੁਲ ਨਹੀਂ ਬੁਲਾਉਣਾ, ਕਿ ਉਹਦੇ 'ਚ ਇੰਨੀ ਕੁ ਈਗੋ ਹੈ ਕਿ ਉਹ ਸ਼ੂਟ ਛੱਡ ਕੇ ਚੱਲ ਜਾਂਦੀ ਹੈ। ਤਾਂ ਲੋਕਾਂ ਦੇ ਕਹਿਣ ਨਾਲ ਮੈਂ ਡਿੱਗੀ ਨਹੀਂ, ਮੇਰਾ ਅੱਜ ਵੀ ਨੇਮ ਹੈ, ਫੇਮ ਹੈ, ਮੈਨੂੰ ਕੋਈ, ਇਸ ਤਰ੍ਹਾਂ ਟਾਈਮ ਆਏ ਤੀ ਫਿਰ ਉਸ ਟਾਈਮ ਜੱਸੀ ਡੋਲੀ ਨਹੀਂ? ਨਾ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੈਨੂੰ ਸੀਰੀਅਸਲੀ ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੇਰੇ ਸਾਹਮਣੇ ਵੀ ਕੋਈ ਬੋਲ ਜਾਂਦਾ ਨਾ ਮੈਨੂੰ, ਤਾਂ ਮੈਨੂੰ ਫਰਕ ਨਹੀਂ ਪੈਂਦਾ, ਮੈਂ ਕਹਿੰਦੀ ਦਮ ਰੱਖੋ ਤੁਸੀਂ, ਮੇਰੇ ਬਰਾਬਰ ਖੜ੍ਹੇ ਹੁੰਦਾ ਜੀ। ਅੱਛਾ, ਮੈਂ ਤੁਹਾਡੇ ਰੋਲਸ ਦੀ ਗੱਲ ਕਰਾਂ, ਤੁਹਾਡੇ ਕਰੈਕਟਰ ਦੀ ਗੱਲ ਕਰਾਂ, ਕਿਹੜੇ ਉਹ ਕਰੈਕਟਰ ਨੇ ਜਿਹੜੇ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਏ ਨੇ? ਮੇਰਾ ਇੱਕ ਆਇਆ ਸੀਗਾ ਕਾਫੀ ਟਾਈਮ ਪਹਿਲਾਂ, ਚਿੱਟਾ ਖਰਗੋਸ਼। ਚਿੱਟਾ ਖਰਗੋਸ਼ ਤਾਂ ਮਤਲਬ ਇੰਨਾ ਕੁ ਲੋਕਾਂ ਨੂੰ ਪਸੰਦ ਆਇਆ ਕਿ ਹੱਦੋਂ ਵੱਧ। ਤੇ ਲੋਕ ਹੁਣ ਵੀ ਕਈ ਵਾਰ ਚਿੱਟਾ ਖਰਗੋਸ਼ ਕੇ ਆਵਾਜ਼ ਮਾਰ ਦਿੰਦੇ ਹੋਣੇ, ਜਿਵੇਂ ਕਹਿੰਦੇ ਆ ਨਿਕਲਦੇ ਮਾਰਕੀਟ 'ਚ, ਕਹਿੰਦੇ ਆ ਚਿੱਟਾ ਖਰਗੋਸ਼, ਕਹਿੰਦੇ ਆ ਭਾਬੀ, ਕਹਿੰਦੇ ਆ। ਤੁਸੀਂ ਭਾਬੀ ਦੀ ਗੱਲ ਕਰ ਰਹੇ, ਉਹ ਭਾਬੀ ਆਪਦੀ ਬਣਾਉਣ ਨੂੰ ਫਿਰਦੇ, ਤੂਤੇ ਦੀ ਭਾਬੀ ਦੀ ਗੱਲ ਕਰਦੇ ਰਹੇ ਹੋ? ਤੂਤੇ ਦੀ ਭਾਬੀ ਦੀ ਮੈਂ ਪੁੱਛ ਲੈਂਦੀ ਹੁੰਦੀ ਅਕਸਰ, ਇਹ ਮੈਂ ਉਹੀ ਗੱਲ ਕਰ ਰਿਹਾ ਨਾ ਵੀ ਤੁਸੀਂ ਕਹਿੰਦੇ ਭਾਬੀ ਕਹਿ ਕੇ ਆਵਾਜ਼ ਮਾਰਦੇ ਨੇ, ਤਕਰੀਬਨ ਜਿੰਨੇ ਲੋਕ ਸ਼ਾਰਟ ਮੂਵੀਜ਼ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਦਿਲਾਂ ਦੇ ਰਾਜ ਕੀਤਾ ਜੀ। ਤੂਤੇ ਦੇ ਨਾਲ ਮੁਲਾਕਾਤ ਕਿਵੇਂ ਹੋਈ? ਤੂਤੇ ਦੇ ਨਾਲ ਮੁਲਾਕਾਤ ਮੇਰੀ ਬੱਬਲ ਨੇ ਕਰਵਾਈ ਸੀ, ਬੱਬਲ ਕੌਰ ਤਾਂ ਬੱਬਲ ਕੌਰ ਨੇ ਕਰਵਾਈ ਸੀ, ਤਾਂ ਉਹਨੇ ਸਾਰੀ ਟੀਮ ਨੂੰ ਮੈਨੂੰ ਮਿਲਵਾਇਆ ਸੀਗਾ, ਤਾਂ ਉਹ ਮੇਰੀ ਫਾਸਟ ਫਰੈਂਡ ਹੈ, ਤਾਂ ਘਰ ਆਉਣਾ ਜਾਣਾ ਲੱਗਾ ਰਹਿੰਦਾ, ਮੇਰੀ ਬਹੁਤ ਜ਼ਿਆਦਾ ਕਲੋਜ਼ ਹੈ, ਅਕਸਰ ਮੈਂ ਉਹਨੂੰ ਗੋਡਿਆਂ ਥੱਲੇ ਲੈਂਦੀ ਹੁੰਦੀ ਹਾਂ, ਇਹ ਬਹੁਤ ਫੇਮਸ ਹੈ ਸਾਡਾ, ਹੈ ਨਾ, ਤਾਂ ਮੈਂ ਰੀਅਲ ਲਾਈਫ 'ਚ ਵੀ ਉਹਨੂੰ ਗੋਡਿਆਂ ਥੱਲੇ ਲੈ ਲੈਂਦੀ ਹਾਂ ਕਿਉਂਕਿ ਉਹ ਖਾਂਦੀ ਪੀਂਦੀ ਨੀਗੀ। ਤਾਂ ਸਾਰੀ ਟੀਮ ਬਹੁਤ ਵਧੀਆ ਆ, ਧੂਤੇ ਦਾ ਬਹੁਤ ਵਧੀਆ ਨੇਚਰ ਹੈ, ਜਿਵੇਂ ਅਸੀਂ ਲੋਕਾਂ ਦੇ ਸਾਹਮਣੇ ਆਉਂਦੇ ਹਾਂ ਅਸੀਂ ਉੱਦਾਂ ਦੇ ਨਹੀਂ ਹਾਂ, ਬਟ ਰੀਅਲ ਲਾਈਫ 'ਚ ਸਾਡਾ ਬਹੁਤ ਪਿਆਰ ਹੈ। ਬਿਲਕੁਲ, ਉੱਥੇ ਤੁਸੀਂ ਇੱਕ ਦੂਜੇ ਦੇ, ਉੱਥੇ ਤਾਂ ਅਸੀਂ ਦੁਸ਼ਮਣ ਚੱਲਦਾ ਰਹਿੰਦਾ ਬਹੁਤ। ਅੱਛਾ, ਉਸ ਟੀਮ ਨਾਲ ਜੁੜਨ ਤੋਂ ਬਾਅਦ ਤੁਹਾਨੂੰ ਕੀ ਕੀ ਫਾਇਦੇ ਹੋਏ ਨੇ, ਕਿੰਨਾ ਕੁ ਸਿੱਖਣ ਨੂੰ ਮਿਲਿਆ, ਕਿਉਂਕਿ ਵਰਸਟਾਈਲ ਐਕਟਰ ਨੇਗੇ ਤੂਤਾ, ਉਸ ਤੋਂ ਬਾਅਦ ਕਿੰਨਾ ਕੁ ਤੁਹਾਨੂੰ ਲੱਗ ਰਿਹਾ ਵੀ ਤੁਹਾਡੇ 'ਚ ਇੰਪਰੂਵਮੈਂਟ ਉਸ ਯੂਨਿਟ ਦੇ ਵਿੱਚ ਜਾ ਕੇ ਹੋਇਆ? ਮੈਂ ਜੇ ਕਹਾਂ ਤਾਂ ਜੀ, ਮੈਂ ਅਕਸਰ ਸਿੱਖਦੀ ਰਹਿੰਦੀ ਹਾਂ, ਮੈਨੂੰ ਕੋਈ 2 ਸਾਲ ਦਾ ਬੱਚਾ ਵੀ ਕੁਛ ਸਿਖਾਉਣ ਨੂੰ ਦਿੰਦਾ ਨਾ, ਤਾਂ ਮੈਂ ਉਹ ਵੀ ਸਿੱਖ ਲੈਂਦੀ ਹਾਂ, ਮੈਨੂੰ ਸਿੱਖਣ ਨੂੰ ਕੁਛ ਮਿਲਣਾ ਚਾਹੀਦਾ। ਓਕੇ, ਮੈਂ ਡਜ਼ਨਟ ਮੈਟਰ ਕਿ ਸਾਹਮਣੇ ਪਰਸਨ ਕੌਣ ਹੈ, ਬਟ ਮੈਨੂੰ ਧੂਤੇ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਿਆ। ਧੂਤਾ ਇੱਕ ਗ੍ਰੇਟ ਆਰਟਿਸਟ ਆ, ਬਿਲਕੁਲ, ਨੋ ਡਾਊਟ, ਠੀਕ ਹੈ, ਉਹ ਹਰੇਕ ਤਰ੍ਹਾਂ ਦੇ ਕਰੈਕਟਰ 'ਚ ਢਲ ਜਾਂਦਾ। ਆਪਾਂ ਕਹੀਏ ਵੀ ਦੂਜਾ ਮੇਰ ਮਿੱਤਲ ਨਹੀਂ ਵੀ, ਕੋਈ ਡਾਇਲੋਗ ਕੁਛ ਨਾ ਹੋਵੇ, ਜਸਟ ਸਕਰੀਨ ਦੇ ਉੱਪਰ ਆਇਆ ਤਾਂ ਲੋਕ ਦੇਖ ਕੇ ਹਾਸਾ ਸ਼ੁਰੂ ਹੋ ਜਾਂਦਾ ਲੋਕਾਂ ਦਾ। ਬਿਲਕੁਲ, ਆਪਾਂ ਪੁਰਾਣਾ ਮੇਰ ਮਿੱਤਲ ਕਹਿ ਸਕਦੇ ਅੱਜ ਦਾ? ਬਿਲਕੁਲ ਬਿਲਕੁਲ ਬਿਲਕੁਲ, ਨੋ ਡਾਊਟ, ਹਾਂ, ਵਰਸਟਾਈਲ, ਕਿਉਂਕਿ ਜਿਸ ਤਰ੍ਹਾਂ ਦੀ ਮਰਜ਼ੀ ਕਰੈਕਟਰ ਦੇ ਵਿੱਚ ਦੇਖੋ, ਆਪਾਂ ਅਲੱਗ ਅਲੱਗ ਉਹਨਾਂ ਨੂੰ ਕਰੈਕਟਰ ਦੇ ਵਿੱਚ ਦੇਖਿਆ, ਅਤੇ ਲੱਗਦਾ ਨਹੀਂ ਕਰੈਕਟਰ 'ਚ ਇੰਨਾ ਵਿੱਚ ਵੜ ਕੇ ਗੱਲ ਕੰਮ ਕਰਦੇ ਨੇ ਉਹ, ਵੀ ਲੱਗ ਰਿਹਾ ਨਹੀਂ ਵੀ ਉਹ ਰੀਅਲ ਪਰਸਨ ਬੋਲ ਰਿਹਾ ਜਾਂ ਤੂਤਾ ਗੱਲ ਕਰ ਰਿਹਾ। ਤੂਤਾ ਗੱਲ ਕਰ ਰਿਹਾ।
ਅੱਛਾ, ਹੁਣ ਮੈਂ ਗੱਲ ਕਰਾਂ ਵੀ ਤੁਸੀਂ ਕਾਫੀ ਫਿਲਮਾਂ ਵਿੱਚ ਕੰਮ ਕੀਤਾ, ਹੁਣ ਤੁਸੀਂ ਸ਼ਾਰਟ ਮੂਵੀਜ਼ ਹੀ ਜ਼ਿਆਦਾ ਕਰ ਰਹੇ ਹੋ ਜਾਂ ਮਾਡਲਿੰਗ ਵੀ ਨਾਲ ਚੱਲ ਰਹੀ ਹੈ? ਦੋਨੇ ਹੀ, ਮਾਡਲਿੰਗ ਵੀ ਚੱਲ ਰਹੀ ਦੋਨੇ। ਅੱਜ ਕੱਲ੍ਹ ਕੋਈ ਹੈ ਔਨ ਦਾ ਵੇ? ਔਨ ਦਾ ਵੇ ਆ ਰਹੇ ਨੇ ਮੇਰੇ ਸੌਂਗ, ਹੋਪਫੁਲੀ ਨੈਕਸਟ ਮੰਥ। ਓਕੇ, ਕਿੰਨੇ ਕੁ ਸ਼ੂਟ ਤੁਹਾਡੇ ਡਨ ਹੋ ਚੁੱਕੇ ਨੇਗੇ ਮਾਡਲ ਐਜ਼ ਅ ਮਾਡਲ? ਲਾਈਕ ਲਾ ਕੇ ਚੱਲੋ ਕਿ ਤਿੰਨ ਤੋਂ ਚਾਰ ਸ਼ੂਟ ਹੋ ਚੁੱਕੇ ਨੇ ਅਤੇ ਬਾਕੀ ਚਾਰ ਕੁ ਦੀ ਗੱਲ ਚੱਲ ਰਹੀ ਹੈ ਜੀ ਮੇਰੀ। ਓਕੇ, ਚਲੋ ਮੈਂ ਪਰਸਨਲ ਸਵਾਲ ਤਾਂ ਨਹੀਂ ਪੁੱਛਣਾ ਵੀ ਚਾਰਜਸ ਜੱਸੀ ਜੀ ਕੀ ਕਰਦੇ ਨੇਗੇ, ਕਿਉਂਕਿ ਜਦੋਂ ਥੋੜ੍ਹਾ ਜਿਹਾ ਰਹਿਣ ਦੋ, ਅਫੋਰਡ ਨਹੀਂ ਕਰ ਪਾਉਂਗੇ ਜੇ ਮੈਂ ਚਾਰਜਸ ਦੱਸਦੇ। ਹਾਂ ਬਿਲਕੁਲ, ਮੈਂ ਤਾਂ ਹੀ ਪੁੱਛਣਾ ਨਹੀਂ ਚਾਹੁੰਦਾ ਕਿਉਂਕਿ ਅਸੀਂ ਸਾਡਾ ਚੈਨਲ ਹੀ ਅਫੋਰਡ ਕਰੇਗਾ ਤੁਹਾਡੇ ਚਾਰਜ ਨੂੰ। ਨਹੀਂ ਦੇਖ ਲਓ, ਪੁੱਛ ਲਓ। ਅੱਛਾ ਜੱਸੀ ਜੀ, ਇੱਕ ਮੈਂ ਤੁਹਾਨੂੰ ਥੋੜ੍ਹਾ ਪੁੱਛਣਾ ਚਾਹਾਂਗਾ, ਤੂਤੇ ਦੀ ਆਪਾਂ ਗੱਲ ਕਰੀਏ, ਤੁਸੀਂ ਉਸ ਟੀਮ ਦੇ ਨਾਲ ਜੁੜੇ ਹੋਏਗੇ, ਤੂਤਾ ਜੀ ਫੀਚਰ ਫਿਲਮਾਂ ਵੱਲ ਚਲੇ ਗਏ ਨੇ, ਉਹਨਾਂ ਦਾ ਸ਼ਡਿਊਲ ਕਾਫੀ ਬਿਜ਼ੀ ਰਹਿ ਰਿਹਾ ਉੱਧਰ, ਜੱਸੀ ਨੇ ਕਦੇ ਸੋਚਿਆ ਵੀ ਮੈਂ ਵੱਡੇ ਪਰਦੇ 'ਤੇ ਜਾਣਾ, ਫੀਚਰ ਫਿਲਮਾਂ ਦੇ ਵਿੱਚ ਜਾਣਾ, ਜੱਸੀ ਨੂੰ ਕਦੇ ਅਪਰੋਚ ਕੀਤਾ ਗਿਆ ਕਿਸੇ ਵੱਲੋਂ? ਜੀ, ਫੀਚਰ ਫਿਲਮਾਂ ਦੇ ਵਿੱਚ ਹੁਣ ਵੀ ਮੈਨੂੰ ਤੂਤੇ ਵਾਲੀ ਜਿਹੜੀ ਆ ਜੱਟ ਐਂਡ ਜੂਲੀਅਟ, ਇਹਦੇ 'ਚ ਵੀ ਔਫਰਸ ਆਇਆ ਸੀਗਾ, ਐਮੀ ਵਾਲੀ 'ਚ ਵੀ ਆਇਆ ਸੀਗਾ, ਬਟ ਮੈਨੂੰ ਕਰੈਕਟਰ ਨਹੀਂ ਪਸੰਦ ਆਇਆ। ਮੈਨੂੰ ਕੀ ਪਤਾ ਲੱਗਿਆ ਸੀ ਯਾਰ ਅਨਮੁੱਲੇ ਵਾਸਤੇ ਵੀ ਤੁਹਾਡੀ ਸਟਾਰ ਕਾਸਟ ਕਿਹੜਾ ਹੋ ਜੀ, ਉੱਥੇ ਬਸ ਕੋਈ ਗੱਲ ਹੋ ਗਈ ਸੀ ਤਾਂ ਉਹਦੇ ਕਰਕੇ ਮੈਂ ਪਹਿਲਾਂ ਤੁਹਾਨੂੰ ਕਿਹਾ ਨਾ ਲਾਈਫ 'ਚ ਕੰਪਰੋਮਾਈਜ਼ ਨਹੀਂ ਕਰਦੀ ਮੈਂ। ਅੱਛਾ, ਇਹ ਅਸਲੀਅਤ ਦਾ ਕੰਮ, ਕਿਉਂਕਿ ਤਕਰੀਬਨ ਮੈਂ ਇੰਟਰਵਿਊਸ ਦੇ ਵਿੱਚ ਦੇਖਦੇ ਹਾਂ, ਅਸੀਂ ਇੰਟਰਵਿਊਸ ਕਰਦੇ ਹਾਂ ਕਲਾਕਾਰਾਂ ਦੇ ਨਾਲ, ਖਾਸ ਤੌਰ 'ਤੇ ਜਿਹੜੇ ਫੀਮੇਲ ਆਰਟਿਸਟ ਨੇ, ਕੁੜੀਆਂ ਨੇ, ਜ਼ਰੂਰੀ ਨਹੀਂ ਹੈ, ਸੋਰੀ ਜ਼ਰੂਰੀ ਨਹੀਂ ਹੈ, ਮੁੰਡਿਆਂ ਨਾਲ ਵੀ ਹੁੰਦਾ ਇਹ। ਓਕੇ, ਕੁੜੀਆਂ ਨਾਲ ਛੱਡੋ, ਮੁੰਡਿਆਂ ਨਾਲ ਵੀ ਹੁੰਦਾ, ਇੰਡਸਟਰੀ ਵਿੱਚ ਚੱਲਦਾ ਸਾਰਾ ਕੁਝ, ਸਭ ਕੁਝ ਚੱਲਦਾ, ਸਭ ਕੁਝ ਚੱਲਦਾ। ਕਹਿੰਦੇ ਨੇ ਵੀ ਕੁੜੀਆਂ ਨੂੰ ਕੰਪਰੋਮਾਈਜ਼ ਕਰਨੇ ਪੈਂਦੇ ਨੇ ਰੂਲ ਲੈਣ ਵਾਸਤੇ? ਬਿਲਕੁਲ, ਕੁੜੀਆਂ ਨੂੰ ਨਹੀਂ ਮੁੰਡਿਆਂ ਨੂੰ ਵੀ ਕਰਨੇ ਪੈਂਦੇ ਨੇ, ਕਿਉਂਕਿ ਮੈਂ ਤਕਰੀਬਨ ਇਸ ਇੰਡਸਟਰੀ ਨੂੰ ਬਹੁਤ ਡੀਪਲੀ ਦੇਖਿਆ, ਬਹੁਤ ਟਾਈਮ ਤੋਂ ਆ ਮੈਂ ਇਸ ਇੰਡਸਟਰੀ 'ਚ, ਲੋਕ ਦਿਖਾਉਂਦੇ ਕੁਛ ਹੋਰ ਨੇ, ਹੁੰਦਾ ਕੁਛ ਹੋਰ ਹੈ। ਓਕੇ, ਕੁੜੀਆਂ ਨਾਲ ਵੀ ਅਤੇ ਮੁੰਡਿਆਂ ਨਾਲ ਵੀ, ਕੋਈ ਕਹਿ ਦੇਵੇ ਕਿ ਹਾਂ ਜੀ ਮੇਰੇ ਨਾਲ ਨਹੀਂ ਇੱਦਾਂ ਹੁੰਦਾ, ਮੈਂ ਟੌਪ ਦੀ ਮਾਡਲ ਹਾਂ, ਯਾਰ ਕਿਉਂ ਨਹੀਂ ਹੁੰਦਾ, ਸਭ ਹੁੰਦਾ, ਕੁੜੀਆਂ ਖੁਦ ਔਫਰ ਕਰਦੀਆਂ ਨੇ। ਓਕੇ, ਮੈਂ ਲੋਕ ਹੁਣ ਇਸ ਚੀਜ਼ ਨੂੰ ਬਹੁਤ ਚੱਕ ਲੈਣਗੇ ਕਿ ਹਾਂ ਕੁੜੀ ਹੁੰਦੇ ਨਾਂ 'ਤੇ ਬੋਲੀ ਹੈ, ਕਿਉਂਕਿ ਮੈਨੂੰ ਖੁਦ ਲੋਕਾਂ ਨੇ ਇਹ ਚੀਜ਼ ਕਹੀ ਹੈ, ਮੈਂ ਇਸ ਇੰਡਸਟਰੀ 'ਚ ਓਨਾ ਕੁ ਕੰਮ ਕਰਦੀ ਹਾਂ ਜਿੰਨਾ ਕੁ ਮੇਰਾ ਮਨ ਖੁਸ਼ ਹੁੰਦਾ, ਜਿੱਥੇ ਮੈਨੂੰ ਪਤਾ ਕਿ ਹਾਂ ਮੇਰੀ ਟੀਮ ਓਕੇ ਹੈ। ਜੱਸੀ ਨੂੰ ਕੰਪਰੋਮਾਈਜ਼ ਕਰਨ ਵਾਸਤੇ ਵੀ ਕਿਹਾ ਗਿਆ? ਬਿਲਕੁਲ ਕਿਹਾ ਗਿਆ ਜੀ, ਮੈਂ ਕਰਦੀ ਨਹੀਂ, ਪਰ ਆਈ ਹੇਟ ਕੰਪਰੋਮਾਈਜ਼। ਇਹੀ ਕਾਰਨ ਵੀ ਜੱਸੀ ਅੱਜ ਵੱਡੇ ਪਰਦੇ 'ਤੇ ਨਹੀਂ? ਬਿਲਕੁਲ, ਮੈਂ ਜਾਣਾ ਵੀ ਨਹੀਂ ਚਾਹੁੰਦੀ। ਨਹੀਂ, ਅੱਛਾ, ਹਰ ਇੱਕ ਆਰਟਿਸਟ ਦਾ ਜੋ ਸ਼ਾਰਟ ਮੂਵੀਜ਼ ਦੇ ਵਿੱਚ ਨੇ, ਤਕਰੀਬਨ ਹਰ ਇੱਕ ਦਾ ਸੁਪਨਾ ਹੁੰਦਾ ਵੀ ਮੈਂ ਵੱਡੇ ਪਰਦੇ 'ਤੇ ਉੱਪਰ ਆਵਾਂ, ਮੈਂ ਫੀਚਰ ਫਿਲਮਾਂ ਦੇ ਨਾਲ, ਵੱਡੇ ਸਟਾਰਸ ਦੇ ਨਾਲ ਕੰਮ ਕਰਾਂ। ਜੱਸੀ ਕਹਿ ਰਹੇ, ਪਰ ਮੇਰਾ ਇਹ ਇੱਛਾ ਨਹੀਂ ਹੈਗੀ, ਮੇਰੀ ਇੱਛਾ ਨਹੀਂ, ਇਹ ਮੇਰਾ ਸੁਪਨਾ ਨਹੀਂ, ਮੇਰਾ ਡ੍ਰੀਮ ਨਹੀਂ। ਬਿਲਕੁਲ ਨਹੀਂ, ਜੱਸੀ ਦਾ ਡ੍ਰੀਮ ਕੀ ਹੈ? ਜੱਸੀ ਦਾ ਡ੍ਰੀਮ ਹੈ ਜੀ, ਜੱਸੀ ਨੇ ਬਿਜ਼ਨਸ ਖੜਾ ਕਰਨਾ ਹੈ ਅਬਰੋਡ ਦੇ ਵਿੱਚ, ਖੁਦ ਦਾ ਅਬਰੋਡ ਦੇ ਵਿੱਚ। ਤੁਸੀਂ ਆਲਰੇਡੀ ਜੁਗਾਡਾ ਦੇ ਵਿੱਚ ਹੋ? ਨਹੀਂ, ਮੈਂ ਯੂਐਸਏ, ਯੂਐਸਏ, ਯੂਐਸਏ। ਹੁਣ ਜੋ ਮਤਲਬ ਕਿ ਜੱਸੀ ਨੂੰ ਜਦੋਂ ਕਾਲ ਕਰਨਾ ਪਿਆ ਕਰੂ, ਸਾਨੂੰ ਬੁਲਾਉਣਾ ਪਿਆ ਕਰੂ, ਯੁਗਾਂਡਾ ਦੀ ਜਗ੍ਹਾ 'ਤੇ ਜੱਸੀ ਯੂਐਸਏ ਤੋਂ ਆਇਆ? ਯੂਐਸਏ ਮੇਰਾ ਡ੍ਰੀਮ ਹੈ ਜੀ, ਮੈਂ ਉਹਨਾਂ ਲੋਕਾਂ ਵਾਸਤੇ ਕੁਛ ਕਰਨਾ ਚਾਹੁੰਦੀ ਹਾਂ ਜਿਹੜੇ ਬੱਚੇ ਆਪਣੇ ਲਾਈਟਾਂ ਦੇ ਉੱਤੇ ਭੀਖ ਮੰਗਦੇ ਨੇ। ਓਕੇ, ਮੈਂ ਉਹਨਾਂ ਵਾਸਤੇ ਕੁਛ ਕਰਨਾ ਚਾਹੁੰਦੀ ਹਾਂ, ਉਹਨਾਂ ਬਜ਼ੁਰਗਾਂ ਵਾਸਤੇ ਕਰਨਾ ਚਾਹੁੰਦੀ ਹਾਂ ਜਿਹੜੇ ਫੋਰਨ ਦੇ ਵਿੱਚ ਉਹਨਾਂ ਦੇ ਬੱਚੇ ਸੈੱਟ ਹੋ ਜਾਂਦੇ ਨੇ। ਮੈਂ ਇਹ ਬਿਜ਼ਨਸ ਰਨ ਹੀ ਤਾਂ ਕਰਨਾ ਚਾਹੁੰਦੀ ਹਾਂ ਕਿਉਂਕਿ ਮੇਰੇ ਫਾਦਰ ਸਾਹਿਬ ਨਹੀਂ ਆ, ਹੈ ਨਾ, ਤਾਂ ਮੈਂ ਆਪਣੇ ਮਦਰ ਫਾਦਰ ਨੂੰ ਬਹੁਤ ਪਿਆਰ ਕਰਦੀ ਹਾਂ, ਮੇਰੇ ਮਦਰ ਹੈਗੇ ਨੇ, ਤਾਂ ਮੇਰੇ ਸਾਰੀ ਫੈਮਿਲੀ ਦਾ ਅੰਮ੍ਰਿਤ ਛਕ ਆ। ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਇੱਕ ਮੈਂ ਹੀ ਫੈਮਿਲੀ 'ਚੋਂ ਇੱਦਾਂ ਦੀ ਹਾਂ ਜਿਹਨੇ ਵਾਲ ਕੱਟੇ ਨੇ ਜਾਂ ਸਟਾਈਲਿਸ਼ ਆ, ਬਾਕੀ ਮੇਰੀ ਸਾਰੀ ਫੈਮਿਲੀ ਬਿਲਕੁਲ
ਬਿਲਕੁਲ ਇੱਕ ਪੇਂਡੂ ਮਾਹੌਲ ਦੀ ਤਰ੍ਹਾਂ ਆ। ਟਿਪੀਕਲ ਮਜੈਲ ਮਜੈਲ ਟਿਪੀਕਲ ਮਜੈਲ ਮੈਂ ਉਹੀ ਸਵਾਲ ਤੁਹਾਨੂੰ ਤਾਂ ਹੀ ਪੁੱਛਿਆ ਸੀ ਵੀ ਆਹ ਤਾਂ ਤੁਸੀਂ ਨਵੀਂ ਗੱਲ ਦੱਸਦੀ ਮੈਨੂੰ ਵੀ ਸਾਰੇ ਗੁਰਸਿੱਖ ਨੇਗੇ ਇੱਕ ਮਜੈਲ ਉੱਪਰ ਤੋਂ ਗੁਰਸਿੱਖ ਜੀ ਤੇ ਕੁੜੀ ਨੂੰ ਨੈਚੁਰਲੀ ਗੱਲ ਹੈ ਨੈਚੁਰਲ ਮੁਸ਼ਕਿਲ ਤਾਂ ਹੋਈ ਹੋਏਗੀ ਬਹੁਤ ਹੁੰਦੀ ਹੈ ਜੀ। ਵੈਸੇ ਤਾਂ ਦੱਸੀ ਤੁਸੀਂ ਦੱਸ ਚੁੱਕੇ ਹੋ ਆਪਣੀ ਲਾਈਫ ਬਾਰੇ ਹੈ ਨਾ ਫਰੈਂਕ ਬੜੇ ਜਿੰਦਾ ਦਿਲੀ ਤਰੀਕੇ ਨਾਲ ਆਪਣੇ ਸਟਾਈਲ ਦੇ ਨਾਲ ਆਪਣੇ ਜੋ ਦਿਲ ਕਰਦਾ ਸੀ ਉਹ ਕਰਨਾ ਗਾ ਉਹ ਕਰਨਾ ਅਤੇ ਜੱਸੀ ਹੁਣ ਤੱਕ ਦੀ ਆਪਣੀ ਜ਼ਿੰਦਗੀ ਤੋਂ ਕਿੰਨਾ ਕੁ ਸੈਟਿਸਫਾਈ ਹੈ? ਮੈਂ ਪੂਰੀ ਹਾਂ ਜੀ, ਮੈਂ ਪੂਰੀ ਹਾਂ, ਜੋ ਚਾਹਿਆ ਉਹ ਮੈਂ ਪਾਇਆ। ਓਕੇ, ਮੈਨੂੰ ਸ਼ੌਂਕ ਹੈ ਗੋਲਡ ਪਾਉਣ ਦਾ, ਅਕਸਰ ਮੈਨੂੰ ਕਾਰਾਂ ਦਾ ਸ਼ੌਂਕ ਹੈ, ਤਾਂ ਜੇ ਤੁਸੀਂ ਕਹੋਗੇ ਤਾਂ ਆਪਾਂ ਸ਼ੋਪਿੰਗ ਵੀ ਕਰ ਲਾਂਗੇ ਜੇ ਤੁਹਾਡੀ ਜੇਬ ਅਫੋਰਡ ਕਰੇਗੀ ਤਾਂ। ਨਹੀਂ ਅਸੀਂ ਅਫੋਰਡ ਨਹੀਂ ਕਰ ਸਕਦੇ, ਮੈਂ ਫਿਰ ਦੱਸ ਦਿੰਦਾ ਸਾਡਾ ਪਹਿਲਾਂ ਦਾ ਸਾਡੇ ਜਿਹੜੇ ਸਟਾਰ ਨੇ ਬੜੇ ਮਹਿੰਗੇ ਨੇਗੇ, ਅਫੋਰਡ ਕਰਨਾ ਮੁਸ਼ਕਲ ਹੋ ਜਾਂਦਾ। ਪਹਿਲਾਂ ਮਾਡਲਿੰਗ ਦੀ ਵੀ ਗੱਲ ਕਰਕੇ ਹਟੇ ਨੇ, ਅਸੀਂ ਸ਼ੋਪਿੰਗ ਨਹੀਂ ਕਰਾ ਸਕਦੇ। ਅੱਛਾ ਵੀ ਤੁਸੀਂ ਪਰ ਤੁਹਾਡਾ ਮਤਲਬ ਕਿ ਜੋ ਹੋਬੀ, ਅੱਛਾ ਹੋਬੀਜ਼ ਕੀ ਨੇਗੀਆਂ? ਹੋਬੀਜ਼ ਡਰਾਈਵਿੰਗ ਹੈ ਅਤੇ ਟਰਾਲਾ ਚਲਾਉਣਾ। ਟਰਾਲਾ ਚਲਾਉਣਾ? ਓਕੇ। ਹਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਲਾਇਸੈਂਸ 'ਤੇ ਮੈਂ ਦੇਖਿਆ, ਇਹ ਕਿੱਥੇ ਸ਼ੌਕ ਹੈਗਾ ਟਰਾਲਿਆਂ ਵਾਲਾ? ਕਿਉਂਕਿ ਕੁੜੀਆਂ ਅਕਸਰ ਚਲੋ ਕਾਰ ਤੱਕ ਦੇਖੀਆਂ ਨੇ, ਮੈਂ ਹੁਣ ਵੀ ਦੇਖਿਆ ਹੈਗਾ ਜੱਸੀ ਜੀ ਆਏ ਨੇ ਆਪਣੀ ਨਵੀਂ ਥਾਰ ਦੇ ਵਿੱਚ ਆਏ ਨੇਗੇ, ਸੈਲਫ ਡਰਾਈਵ 'ਤੇ ਆਏ ਨੇਗੇ, ਇਕੱਲੇ ਆਏ ਨੇਗੇ, ਕੋਈ ਡਰਾਈਵਰ ਨਹੀਂ, ਕੋਈ ਨਾਲ ਬੋਡੀਗਾਰਡ ਦੀ ਕਹੇ ਸਾਨੂੰ ਲੋੜ ਨਹੀਂ, ਉਹਦੇ ਬੋਡੀਗਾਰਡ ਖੁਦ ਦੀ ਬੋਡੀਗਾਰਡ। ਮੇਰੇ ਕੋਲ ਅਸਲੇ ਦਾ ਵੀ ਲਾਇਸੈਂਸ ਹੈ, ਉਹ ਮੈਂ ਦੇਖਿਆ ਸੀ ਤੁਹਾਡੇ ਕੋਲ। ਹਾਂ, ਮੇਰੇ ਕੋਲ 32 ਬੋਰ ਹੈ। 32 ਬੋਰ ਰੱਖੇ? ਹੋਪਫੁਲੀ ਕਿ ਮੈਂ ਆਉਣ ਵਾਲੇ ਟਾਈਮ ਦੇ ਵਿੱਚ 45 ਵੀ ਲੈ ਲਾਂ। ਓਕੇ, ਮੇਰਾ ਲਾਇਸੈਂਸ ਹੈਗਾ। ਇਹ ਵੀ ਇੱਕ ਸ਼ੌਕ ਹੈ? ਸ਼ੌਕ ਹੈ। ਅੱਛਾ ਟਰਾਲਿਆਂ ਵਾਲਾ ਸ਼ੌਕ ਕਿੱਥੋਂ ਪੈ ਗਿਆ? ਕੁੜੀਆਂ ਵਾਲਾ, ਕੁੜੀਆਂ ਦਾ ਸ਼ੌਕ ਹੀ ਨਹੀਂ ਹੈਗਾ ਇਹ? ਅਸਲ 'ਚ ਮੇਰੇ ਜਦੋਂ ਮੈਂ ਪੈਦਾ ਹੋਈ ਸੀ ਨਾ ਤਾਂ ਮੇਰੇ ਡੈਡੀ ਨੇ ਲੱਡੂ ਵੰਡੇ ਸੀਗੇ, ਅਤੇ ਮੇਰੇ ਨਾਨਕੇ ਬੜੇ ਖੁਸਰ ਟਾਈਪ ਨੇ, ਮਤਲਬ ਖੜੂਸ, ਜਿਨ੍ਹਾਂ ਨੂੰ ਪ੍ਰੋਪਰ ਖੜੂਸ ਅੰਮ੍ਰਿਤਸਰੀਏ ਨੇ, ਤਾਂ ਉਹ ਤੁਹਾਨੂੰ ਪਤਾ ਕਿੱਦਾਂ ਦੇ ਹੁੰਦੇ ਨੇ ਹੈ ਨਾ, ਤਾਂ ਸਾਰੇ ਮਤਲਬ ਉਹ ਚੀਜ਼ ਨਾ ਉਹਨਾਂ ਨੇ ਐਕਸੈਪਟ ਨਹੀਂ ਸੀ ਕੀਤਾ ਕਿ ਕੁੜੀ ਹੋਈ ਹੈ, ਤਾਂ ਡੈਡੀ ਨੂੰ ਬਹੁਤ ਸ਼ੌਂਕ ਸੀਗਾ ਕਿ ਹਾਂ ਮੇਰੀ ਕੁੜੀ ਕੁਛ ਵੀ ਕਰ ਸਕਦੀ ਹੈ। ਤਾਂ ਡੈਡੀ ਦੀ ਡੈਥ ਹੋਣ ਤੋਂ ਬਾਅਦ ਜਿਵੇਂ ਫੈਮਿਲੀ ਨੇ ਹੈ ਨਾ, ਮਗਰੋਂ ਮੰਮਾ ਨੇ ਬਹੁਤ ਸਪੋਰਟ ਕੀਤਾ ਮੈਨੂੰ, ਇੱਕ ਮੇਰੇ ਮਦਰ ਨੇ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ, ਉਹਨਾਂ ਨੇ ਕਿਹਾ ਪੁੱਤ ਜੋ ਮਰਜ਼ੀ ਕਰ, ਲਾਂਭਾ ਨਾ ਲੈ ਕੇ ਆਈ। ਓਕੇ, ਉਲਟੇ ਲਾਂਭੇ ਆਉਂਦੇ ਸੀ ਕਿ ਮੁੰਡੇ ਨੂੰ ਕੁੱਟ ਕੇ ਆਈਆਂ, ਅਤੇ ਉਹ ਸ਼ੌਕ ਵੀ ਮੁੰਡਿਆਂ ਵਾਲੇ ਪਾ ਰੱਖ, ਮੁੰਡਿਆਂ ਵਾਲੇ ਪਾ ਰੱਖ, ਅਸਲਾ ਰੱਖ ਰੱਖਿਆ। ਇੱਕ ਟਰਾਲਾ ਚਲਾਉਂਦੇ ਨਹੀਂ, ਇਕੱਲਾ ਲਾਇਸੈਂਸ ਵੀ ਰੱਖਿਆ, ਲਾਇਸੈਂਸ ਵੀ ਰੱਖਿਆ। ਅਤੇ ਸ਼ਾਇਦ ਮੈਨੂੰ ਲੱਗਦਾ ਆਪਣੇ ਇੰਡੀਆ ਦੇ ਵਿੱਚ ਵੀ ਜ਼ਿਆਦਾਤਰ ਕੁੜੀਆਂ ਕੋਲ ਬਹੁਤ ਰੇਅਰ ਹੈ। ਮੈਂ ਜਦੋਂ ਲਾਇਸੈਂਸ ਲਈ ਗਈ ਹਾਂ ਨਾ, ਤਾਂ ਮਊ ਵਾਲੇ ਪੇਪਰ ਹੁੰਦਾ ਜੀ ਇੱਕ। ਓਕੇ, ਹਾਂ ਬਿਲਕੁਲ ਠੀਕ ਹੈ ਜੀ, ਹੈਵੀ ਲਾਇਸੈਂਸ ਦਾ ਜੀ। ਮੈਂ 600 ਮੁੰਡੇ ਦੇ ਵਿੱਚ ਇਕੱਲੀ ਕੁੜੀ ਸੀ, 600 ਮੁੰਡੇ ਦੇ ਵਿੱਚ ਇਕੱਲੀ ਕੁੜੀ ਸੀ ਮੈਂ। ਇੱਕ ਤਾਂ ਇਕੱਲੀ ਕੁੜੀ, ਉਹ ਵੀ ਡਰਾਈਵਰਾਂ 'ਚ, ਉਹ ਵੀ ਇੰਨੀ ਸੋਹਣੀ, ਇੰਨੀ ਸੋਹਣੀ। ਹਾਂ ਫਿਰ ਕੀ ਹਾਲਾਤ ਬਣੀ? ਉਹ ਸਾਰੇ ਕਨਫਿਊਜ਼ ਸੀਗੇ ਕਿਉਂਕਿ ਕੋਈ ਬੱਸ ਦਾ ਬਣਾ ਰਿਹਾ ਸੀ, ਕੋਈ ਕਰੇਨ ਦਾ ਬਣਾ ਰਿਹਾ ਸੀ, ਕੋਈ ਟਰੈਕਟਰ ਟਰਾਲੀ ਦਾ। ਤਾਂ ਜਦੋਂ ਉਹਨਾਂ ਨੂੰ ਮੈਂ ਦੱਸਿਆ ਹੈ ਨਾ ਕਿ ਮੈਨੂੰ ਸਰ ਨੇ ਕੁਐਸਚਨ ਕੀਤਾ ਕਿ ਹਾਂਜੀ ਤੁਸੀਂ ਕਾਹਦਾ, ਅਤੇ ਮੈਂ ਕਿਹਾ ਜੀ ਮੈਂ ਟਰਾਲੇ ਦਾ, ਤਾਂ ਸਾਰੇ ਦੀਆਂ ਅੱਖਾਂ ਮਤਲਬ ਇੱਦਾਂ ਸੀਗੀਆਂ ਕਿ ਸਾਡਾ ਕਿਉਂ ਨਹੀਂ ਬਣਿਆ। ਜਿਸ ਰੋਕਣ ਲੱਗਿਆਂਗਾ ਤੁਹਾਨੂੰ ਜੀ, ਉੱਥੇ ਜਿਹੜੇ ਪ੍ਰੀਖਿਆਰਥੀ ਸੀ ਲਾਇਸੈਂਸ ਵਾਸਤੇ, ਡਰਾਈਵ ਟੈਸਟ ਡਰਾਈਵ ਦੇਣ ਵਾਸਤੇ, ਟੈਸਟ ਡਰਾਈਵ ਦੇ ਨਾਲ ਉਹਦਾ ਕਰੈਕਟਰ ਵੀ ਚੈੱਕ ਹੋ ਗਿਆ ਉਹਦਾ। ਹਾਂਜੀ ਬਿਲਕੁਲ, ਸਾਰਿਆਂ ਦਾ ਹੋ ਜਾਂਦਾ ਅੱਜ ਕੱਲ੍ਹ, ਪਰ ਕਈ ਲੋਕ ਹੁੰਦੇ ਨੇ ਬਹੁਤ ਵਧੀਆ ਵੀ ਹੁੰਦੇ ਨੇ, ਤਾਂ ਮੈਨੂੰ ਅਕਸਰ ਚੰਗੇ ਲੋਕ ਮਿਲਦੇ ਰਹਿੰਦੇ ਨੇ, ਮੈਂ ਨਹੀਂ ਕਹੂੰਗੀ ਕਿਉਂਕਿ ਉਹਨਾਂ ਦੀ ਸੋਚ ਮਾੜੀ ਹੁੰਦੀ ਹੈ ਜੀ, ਜਿਨ੍ਹਾਂ ਲਈ ਆਪਾਂ ਮਾੜਾ ਸੋਚਦੇ ਹਾਂ, ਪਰ ਮੈਨੂੰ ਫਰਕ ਨਹੀਂ ਪੈਂਦਾ ਕੋਈ ਮਾੜਾ ਸੋਚੇ ਸੋਚੀ ਜਾਵੇ। ਕਦੇ ਟਰਾਲਾ ਚਲਾਉਣ ਦਾ ਮੌਕਾ ਮਿਲਿਆ ਜਾਂ ਇਕੱਲਾ ਲਾਇਸੈਂਸ? ਨਹੀਂ ਜੀ, ਆਪਾਂ ਚਲਾਇਆ ਵੀ ਹੈ।
ਅੱਛਾ ਚਲਾਇਆ ਵੀ ਹੈ ਜਾਂ ਚਲਾਉਂਦੇ ਵੀ ਹੋ? ਚਲਾਉਂਦੇ ਵੀ ਹਾਂ, ਚਲਾਇਆ ਵੀ ਹੈ। ਚਲਾਇਆ ਵੀ ਹੈ, ਚਲਾਉਂਦੇ ਵੀ ਹੋ। ਤਾਂ ਮੈਂ ਦੁਬਈ ਦੇ ਵਿੱਚ ਸੈਲਫ ਡਰਾਈਵ ਵੀ ਕੀਤੀ ਹੈ, ਉੱਧਰ ਪੁੱਠੀ ਸਾਈਡ ਆ। ਬਿਲਕੁਲ। ਤਾਂ ਮੈਂ ਉੱਥੇ ਵੀ ਸੈਲਫ ਡਰਾਈਵ ਕੀਤੀ ਹੈ। ਟਰਾਲੇ ਦੀ? ਨਹੀਂ ਜੀ, ਕਾਰ ਦੀ। ਕਾਰ ਦੀ ਸੈਲਫ ਡਰਾਈਵ? ਓਕੇ ਓਕੇ। ਮੈਨੂੰ ਲਗਜ਼ਰੀ ਕਾਰਾਂ ਦਾ ਜ਼ਿਆਦਾ ਸ਼ੌਂਕ ਹੈ। ਲਗਜ਼ਰੀ ਕਾਰਾਂ ਦਾ ਸ਼ੌਂਕ ਹੈ। ਫਿਲਹਾਲ ਜੱਸੀ ਨੇ ਨਵੀਂ ਥਾਰ ਕਢਾਈ ਹੈ, ਉਹਦੇ ਵਾਸਤੇ ਬਹੁਤ ਬਹੁਤ ਮੁਬਾਰਕਬਾਦ ਹੈ। ਥੈਂਕ ਯੂ। ਹਾਂ, ਹੁਣ ਅਗਲੀ ਕਾਰ ਕਿਹੜੀ ਹੋਏਗੀ ਜੱਸੀ ਦੀ? ਅਗਲੀ ਕਾਰ ਜੀ ਰੇਂਜ ਰੋਵਰ ਹੋਏਗੀ। ਰੇਂਜ ਰੋਵਰ ਹੋਏਗੀ, ਜੋ ਅਸੀਂ ਮਾਸ਼ਾਅੱਲਾ ਪਰਮਾਤਮਾ ਕਰੇ ਬੜੀ ਜਲਦੀ ਤੁਹਾਡੀ ਇੱਛਾ ਪੂਰੀ ਹੋਵੇ ਤਾਂ ਅਸੀਂ ਪਾਰਟੀ ਜ਼ਰੂਰ ਲਵਾਂਗੇ ਤੁਹਾਡੇ। ਪੱਕਾ ਜੀ, ਪੱਕਾ। ਅਤੇ ਹੁਣ ਜੱਸੀ ਦਾ ਖਾਬ ਕੀ ਹੈ, ਡ੍ਰੀਮ ਕੀ ਹੈ, ਦਰਸ਼ਕਾਂ ਦੇ ਲਈ ਜੱਸੀ ਕੀ ਕਹਿਣਾ ਚਾਹੁੰਗੇ? ਮੈਂ ਇਹਨਾਂ ਸਾਰਿਆਂ ਲਈ ਇਹ ਕਹੂੰਗੀ, ਪੋਜ਼ਿਟਿਵ ਰਹੋ। ਤੁਸੀਂ ਜਿੰਨਾ ਪੋਜ਼ਿਟਿਵ ਰਹੋਗੇ ਓਨਾ ਹੀ ਤੁਹਾਡੇ ਲਈ ਵਧੀਆ, ਸਾਰਿਆਂ ਲਈ ਵਧੀਆ। ਕਿਉਂਕਿ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ, ਚਾਹੇ ਛੋਟਾ ਚਾਹੇ ਵੱਡਾ, ਤੁਹਾਡੀ ਇੱਛਾ ਹੋਣੀ ਚਾਹੀਦੀ ਹੈ ਕਰਨ ਦੀ। ਸੋ ਕੰਮ ਕਹਿੰਦੇ ਕੋਈ ਮਾੜਾ ਚਾਹੇ ਛੋਟਾ ਵੱਡਾ ਨਹੀਂ ਹੁੰਦਾ, ਲੇਕਿਨ ਤੁਹਾਡੀ ਇੱਛਾ ਹੋਣੀ ਚਾਹੀਦੀ ਹੈ। ਅਤੇ ਸਭ ਤੋਂ ਵੱਡੀ ਗੱਲ ਹੈ ਜੋ ਜੱਸੀ ਦੇ ਵਿੱਚ ਸਭ ਤੋਂ ਪਲੱਸ ਪੁਆਇੰਟ ਹੈ, ਕਿਉਂਕਿ ਪਲੱਸ ਪੁਆਇੰਟ ਜੱਸੀ ਜੀ ਨੇ ਬਹੁਤ ਦੱਸੇ ਨੇ, ਬੜੇ ਪਲੱਸ ਪੁਆਇੰਟ, ਬੜੇ ਪਲੱਸ ਪੁਆਇੰਟ ਹੈ। ਹਾਂ, ਜਿੰਦਾ ਦਿਲ ਇਨਸਾਨ, ਆਪਣੀ ਜ਼ਿੰਦਗੀ ਨੂੰ ਜਿਉ, ਕਿਉਂਕਿ ਇਹ ਕਹਿ ਰਹੇ ਨੇ ਵੀ ਮੈਂ ਕੰਪਰੋਮਾਈਜ਼ ਕਦੇ ਨਹੀਂ ਕੀਤਾ ਨਾ ਕਰਨਾ, ਮੈਂ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਦੇ ਨਾਲ ਜਿਉਣਾ। ਸੋ ਅਸੀਂ ਵੀ ਪਰਮਾਤਮਾ ਅੱਗੇ ਇਹ ਅਰਦਾਸ ਕਰਾਂਗੇ ਸਾਡੇ ਪੂਰੇ ਅਦਾਰੇ ਦੇ ਵੱਲੋਂ ਕਿ ਜੋ ਇਹਨਾਂ ਦੇ ਇੱਛਾਵਾਂ ਨੇ ਉਹ ਨੇਪਰੇ ਚੜ੍ਹਨ, ਅਤੇ ਜਿਸ ਤਰੀਕੇ ਦੇ ਨਾਲ, ਜਿਸ ਫਰਾਗਦਲੀ ਦੇ ਨਾਲ, ਜਿਸ ਤਰੀਕੇ ਦੇ ਨਾਲ ਉਹ ਆਪਣੇ ਦਰਸ਼ਕਾਂ ਨੂੰ ਮੰਤਰਮੁਗਧ ਕਰਕੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹਾਸੇ ਭਰਦੇ ਨੇ, ਕਿਉਂਕਿ ਤੁਸੀਂ ਦੇਖਿਆ ਲਗਾਤਾਰ ਇੰਟਰਵਿਊ ਦੌਰਾਨ ਵੀ ਹੱਸਦੇ ਨਜ਼ਰ ਆਏ ਨੇ, ਹੱਸਦਾ ਚਿਹਰਾ, ਖੂਬਸੂਰਤ ਚਿਹਰਾ, ਤੋ ਦਰਸ਼ਕ ਵੀ ਕਿਉਂਕਿ ਉਹਨਾਂ ਨੂੰ ਦੇਖ ਕੇ ਖੁਸ਼ ਹੁੰਦੇ ਨੇ। ਮਾਸ਼ਾਅੱਲਾ, ਪਰਮਾਤਮਾ ਕਰੇ ਜੱਸੀ ਜੀ ਇਸ ਤਰ੍ਹਾਂ ਬੁਲੰਦੀਆਂ 'ਤੇ ਜਾਂਦੇ ਰਹਿਣ। ਫੀਚਰ ਫਿਲਮਾਂ ਦੀ ਗੱਲ ਕਰ ਰਹੇ ਨੇ ਵੀ ਮੈਂ ਕੰਪਰੋਮਾਈਜ਼ ਕਰਕੇ ਨਹੀਂ ਜਾਵਾਂਗੀ, ਲੇਕਿਨ ਆਪਣੇ ਟੈਲੈਂਟ ਦੇ ਆਧਾਰ 'ਤੇ ਬੜੀ ਜਲਦੀ ਅਸੀਂ ਇਹਨੂੰ ਫਿਲਮਾਂ, ਵੱਡੀਆਂ ਫਿਲਮਾਂ ਦੇ ਵਿੱਚ ਦੇਖਾਂਗੇ। ਅਤੇ ਆਪਣੇ ਟਰੈਕਸ ਦੀ ਗੱਲ ਕੀਤੀ, 3-4 ਟਰੈਕ ਵੀ ਆਉਣ ਵਾਲੇ ਨੇ। ਸੋ ਦਰਸ਼ਕ ਸਾਨੂੰ, ਅਸੀਂ ਅਪੀਲ ਕਰਾਂਗੇ ਜਿਸ ਤਰੀਕੇ ਨਾਲ ਤੁਸੀਂ ਹੁਣ ਤੱਕ ਤੂਤੇ ਦੀ ਭਾਬੀ ਨੂੰ, ਚਿੱਟੇ ਖਰਗੋਸ਼ ਨੂੰ ਪਿਆਰ ਦਿੱਤਾ, ਤੁਸੀਂ ਅੱਗੇ ਵੀ ਇਹਨਾਂ ਨੂੰ, ਆਉਣ ਵਾਲੀਆਂ ਮੂਵੀਜ਼ ਨੂੰ ਵੀ ਪਿਆਰ ਦਿੰਦੇ ਰਹੋ। ਸਾਡੀਆਂ ਸ਼ੁਭ ਇਛਾਵਾਂ ਜੱਸੀ ਜੀ ਦੇ ਨਾਲ। ਥੈਂਕ ਯੂ ਜੀ।